أما بعد فأعوذ بالله السميع العليم من الشيطان الرجيم قال موسى أتقولون للحق لما جاءكم أسحر هذا ولا يفلح الساحرون. جناب موسیٰ علیہ السلام نے قوم نو کیا فرعونیاں نو کیا اتقولون للحق لما جاءكم اسحر هذا جدوں تواڈے کول حق آ گیا سچ آ گیا ਤੁਸੀਂ ਉਹਨੂੰ ਕਹਿੰਦੇ ਹੋ ਇਹ ਤੇ ਜਾਦੂ ਏ। ਇਸ ਹੱਕ ਨੂੰ ਲੈ ਕੇ ਤੁਹਾਡੇ ਕੋਲ ਆਉਣ ਵਾਲਾ ਮੈਂ ਵਾਂ, ਮੈਨੂੰ ਜਾਦੂਗਰ ਕਹਿੰਦੇ ਹੋ। ਸੁਣੋ, ਵਲਾ ਯੁਫਲਿਹੁ ਸਾਹਿਰੂਨ, ਜਾਦੂਗਰ ਕਦੀ ਕਾਮਯਾਬ ਨਹੀਂ ਹੋ ਸਕਦੇ। ਮੁਅੱਜ਼ਜ਼ ਸਮਾਈਨ ਹਜ਼ਰਾਤ, ਮਸਜਿਦ ਦੇ ਖਤੀਬ ਇਮਾਮ ਹਜ਼ਰਤ ਮੌਲਾਨਾ ਫੈਜ਼ੁਰ ਰਹਿਮਾਨ ਰੱਬਾਨੀ ਸਾਹਿਬ ਹਾਫਿਜ਼ਾਹੁਲਾਹ ਤਾਲਾ ਉਹ ਪ੍ਰੋਗਰਾਮ ਬੱਚਿਆਂ ਦਾ ਅਕਸਰ ਕਰਾਉਂਦੇ ਰਹਿੰਦੇ ਨੇ। ਬੱਚਿਆਂ ਨੂੰ ਦੁਆਵਾਂ ਯਾਦ ਕਰਾਉਣੀਆਂ, ਨਮਾਜ਼ ਯਾਦ ਕਰਾਉਣੀ, ਤਰਜਮਾ ਪੜ੍ਹਾਉਣਾ, ਨਾਜ਼ਰਾ ਕੁਰਾਨ ਪਾਕ, ਫਿਰ ਉਹਨਾਂ ਨੂੰ ਨਾਤਾਂ ਯਾਦ ਕਰਾਉਣੀਆਂ, ਤਕਰੀਰਾਂ ਛੋਟੀਆਂ ਛੋਟੀਆਂ ਯਾਦ ਕਰਾਉਣੀਆਂ, ਫਿਰ ਕੋ ਪ੍ਰੋਗਰਾਮ ਆਪਣੇ ਰਫਾਕਾ ਸਾਥੀਆਂ ਦੀ ਮੁਸ਼ਾਵਰਤ ਦੇ ਨਾਲ ਤਰਤੀਬ ਦੇਣਾ। ਤਾਂ ਕਿ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਏ, ਉਹਨਾਂ ਨੂੰ ਇਨਾਮਾਤ ਦਿੱਤੇ ਜਾਣ, ਹੌਸਲਾ ਵਧੇ, ਵਾਲਿਦੈਨ ਦੀ ਦਿਲਜੋਈ ਹੋਏ, ਔਰ ਬੱਚਿਆਂ ਦੇ ਅੰਦਰ ਪੜ੍ਹਾਈ ਦਾ, ਮਿਹਨਤ ਦਾ, ਤਾਲੀਮ ਦਾ ਸ਼ੌਕ ਵਧੇ। ਬੜਾ ਹੀ ਅੱਛਾ ਉਹਨਾਂ ਦਾ ਕਦਮ। ਔਰ ਜਿਤਨੇ ਜਮਾਤੀ ਦੋਸਤ ਉਹਨਾਂ ਦੇ ਇਸ ਮਸਲੇ ਅੰਦਰ ਕਦਮ ਨਾਲ ਕਦਮ ਮਿਲਾਉਂਦੇ ਹੋ, ਬੇਟਾ ਖਾਮੋਸ਼ੀ ਰੱਖੋ,
ਤੁਹਾਨੂੰ ਵੀ ਅੱਲਾ ਇਹਦਾ ਦੁਨੀਆ ਆਖਰਤ ਅੰਦਰ ਅਜਰ ਅਤਾ ਫਰਮਾਏ। ਇਸੀ ਤਰ੍ਹਾਂ ਬੱਚਿਆਂ ਦੀ ਹੌਸਲਾ ਫਜ਼ਾਈ ਹੁੰਦੀ ਰਹੇ, ਇਹੋ ਹੀ ਇਨਸ਼ਾਅੱਲਾ ਮੁਸਤਕਬਿਲ ਦੇ ਸਾਡੇ ਹੀਰੇ ਬਣਨਗੇ। ਅੱਲਾ ਇਹਨਾਂ ਬੱਚਿਆਂ ਨੂੰ ਆਪਣੇ ਦੀਨ ਵਾਸਤੇ ਕਬੂਲ ਫਰਮਾ ਲਵੇ। ਕੁਰਾਨ ਹਕੀਮ ਦੀ ਜੋ ਮੈਂ ਆਇਤ ਪੜ੍ਹੀ, ਫਿਰਾਉਨ ਤੇ ਉਹਦੀ ਕੌਮ ਨੇ ਜਦੋਂ ਮੂਸਾ ਅਲੈਹਿਸਸਲਾਮ ਹੱਕ ਲੈ ਕੇ ਆਏ, ਉਹਨਾਂ ਨੂੰ ਕਿਹਾ ਜਾਦੂਗਰ ਜੋ ਇਹ ਬਿਆਨ ਕਰਦਾ ਇਹ ਜਾਦੂ ਹੈ। ਮੂਸਾ ਅਲੈਹਿਸਸਲਾਮ ਨੇ ਇੱਕ ਗੱਲ ਦੀ ਵਜ਼ਾਹਤ ਕੀਤੀ, ਸੁਣੋ ਅਗਰ ਮੈਂ ਜਾਦੂਗਰ ਹਾਂ ਇਹ ਜਾਦੂ ਹੈ, ਤੇ ਜਾਦੂਗਰ ਕਦੀ ਕਾਮਯਾਬ ਨਹੀਂ ਹੁੰਦੇ। ਵਕਤੀ ਤੌਰ ਤੇ ਜਾਦੂਗਰ ਆਪਣਾ ਜਾਦੂ ਚਲਾ ਕੇ ਕਈਆਂ ਨੂੰ ਪਰੇਸ਼ਾਨ ਕਰ ਲਏਗਾ, ਲੇਕਿਨ ਕਾਮਯਾਬੀ ਹਮੇਸ਼ਾ ਜਾਦੂ ਦੇ ਮੁਕਾਬਲੇ ਅੰਦਰ ਹੱਕ ਨੂੰ ਹੈ। ਜਾਦੂ ਫਾਰਸੀ ਜ਼ਬਾਨ ਦਾ ਲਫ਼ਜ਼ ਹੈ, ਸਾਡੀ ਹਿੰਦੀ ਪੰਜਾਬੀ ਉਰਦੂ ਅੰਦਰ ਵੀ ਇਸਤੇਮਾਲ ਹੁੰਦਾ, ਅਰਬੀ ਅੰਦਰ ਇਹਨੂੰ ਕਹਿੰਦੇ ਨੇ ਸਿਹਰ। ਸਿਹਰ ਦਾ ਮਾਣਾ ਹੁੰਦਾ ਪੋਸ਼ੀਦਾ ਧੋਖਾ। ਸਿਆਕੋ ਸਬਾਕ ਨਾਲ ਇਹਦੇ ਨਾਲ ਮਿਲਦੇ ਜੁਲਦੇ ਮਾਣੇ ਵੀ ਬਦਲਦੇ ਰਹਿੰਦੇ ਨੇ, ਕਿਉਂਕਿ ਧੋਖਾ ਹੁੰਦਾ ਹੀ ਹੋਵੇ ਜਿਹੜਾ ਪੋਸ਼ੀਦਗੀ ਅੰਦਰ ਕੀਤਾ ਜਾਂਦਾ। ਕੋਈ ਬੰਦਾ ਕਿਸੇ ਨੂੰ ਕਹੇ ਮੈਂ ਤੈਨੂੰ ਫਰਾਡ ਲਾਉਣਾ ਹੀ, ਰੁਪਈਆ 20 ਲੱਖ ਦੇ, ਕੋਈ ਨਹੀਂ ਦੇਗਾ। ਅੰਦਰ ਖਾਤੇ ਜ਼ਹਰਨ ਕੁਛ ਹੋਰ ਹੋਏਗਾ, ਅੰਦਰ ਹੋਰ ਹੋਏਗਾ, ਫਿਰ ਉਹ ਧੋਖਾ ਕਰੇਗਾ। ਹੁਣ ਜ਼ਰਾ ਬਾਤ 'ਤੇ ਗੌਰ ਕਰਨਾ, ਜਨਾਬੇ ਮੂਸਾ ਅਲੈਹਿਸਸਲਾਮ ਜਦੋਂ ਮੌਜੇ ਅੱਲਾ ਦੇ ਹੁਕਮ ਦੇ ਨਾਲ ਦਿਖਾਏ, ਫਿਰੌਨ ਕਹਿਣ ਲੱਗਾ ਇਹ ਤਾਂ ਬੜਾ ਵੱਡਾ ਜਾਦੂਗਰ ਹੈ, ਇਹਦੇ ਮੁਕਾਬਲੇ ਅੰਦਰ ਜਾਦੂਗਰ ਬੁਲਾਓ। ਇਹ ਸੈਂਟਰ ਦਰਵਾਜ਼ਾ ਵੀ ਖੋਲ੍ਹ ਦਿਓ, ਹਵਾ ਦੀ ਕਰਾਸਿੰਗ ਹੋਵੇਗੀ, ਖੋਲ੍ਹ ਦਿਓ ਦਰਵਾਜ਼ਾ। ਜਾਦੂਗਰ ਬੁਲਾਏ ਮੁਲਕ ਦੇ ਵਿੱਚੋਂ, ਤੋ ਜਨਾਬੇ ਮੂਸਾ ਅਲੈਹਿਸਸਲਾਮ ਔਰ ਜਾਦੂਗਰ ਸਾਹਮਣੋ ਸਾਹਮਣੇ ਆਏ। ਕੁਰਾਨ ਪਾਕ ਨੇ ਕਈ ਮੁਕਾਮ ਤੇ ਬਿਆਨ ਫਰਮਾਇਆ, ਮੁਕਾਬਲਾ ਲੱਗਿਆ ਹੋਣ ਜਾਦੂਗਰਾਂ ਦਾ ਮੂਸਾ ਅਲੈਹਿਸਸਲਾਮ ਨਾਲ, ਜੋ ਹੱਕ ਲੈ ਕੇ ਆਏ। ਅੱਲਾਹੁ ਅਕਬਰ। ਕੁਰਾਨ ਹਕੀਮ ਦਾ ਸਮਾਤ ਫਰਮਾਇਆ ਜੇ,
ਜਨਾਬੇ ਮੂਸਾ ਅਲੈਹਿਸ ਸਲਾਮ ਫਰਮਾਨ ਲੱਗੇ, ਜਦੋਂ ਫਿਰ ਜਦੋਂ ਜਾਦੂਗਰਾਂ ਨੇ ਕਿਹਾ ਕਾਲੂ ਯਾ ਮੂਸਾ ਇਮਾ ਅਨ ਤੁਲ ਕੇ ਯਾ ਵਾ ਇਮਾ ਅਨ ਨਕੂਨ ਨਖਨੁਲ ਮੁਲਕੀ, ਮੂਸਾ ਜੀ ਮੁਕਾਬਲਾ ਹੈ ਸਾਡਾ ਤੁਹਾਡਾ, ਪਹਿਲਾ ਵਾਰੀ ਤੁਸਾਂ ਲੈਣੀ ਹੈ ਕਿ ਅਸੀਂ ਲਈਏ? ਤੇ ਜਨਾਬੇ ਮੂਸਾ ਅਲੈਹਿਸ ਸਲਾਮ ਫਰਮਾਉਂਦੇ ਨੇ ਅਲਕੂ ਫਲੰਮਾ ਅਲਕਉ ਸਹਰੂ ਆਯੁਨ ਨਾਸ, ਸਹਰੂ ਆਯੁਨ ਨਾਸ ਵਸਤਰ ਹਬੂਹੁਮ ਵਜਾਊ ਬੇਸਿਖਰ ਅਜ਼ੀਮ। ਆ ਫਰਮਾਉਂਦੇ ਨੇ ਤੁਸੀਂ ਵਾਰੀ ਪਹਿਲਾਂ ਲੈ ਲਓ। ਹੁਣ ਜਾਦੂਗਰਾਂ ਦੇ ਹੱਥਾਂ ਵਿੱਚ ਰੱਸੀਆਂ ਨੇ, ਸੋਟੀਆਂ ਨੇ, ਅਲਕੋ ਉਹਨਾਂ ਸੁੱਟੀਆਂ ਜ਼ਮੀਨ ਤੇ, ਅੱਲਾਹੁ ਅਕਬਰ। ਤੇ ਜਨਾਬੇ ਰੱਬੁਲ ਆਲਮੀਨ ਫਰਮਾਉਂਦੇ ਨੇ ਜਦੋਂ ਉਹਨਾਂ ਨੇ ਆਪਣੀਆਂ ਰੱਸੀਆਂ ਸੋਟੀਆਂ ਸੁੱਟੀਆਂ ਜ਼ਮੀਨ ਤੇ, ਯਾਰ ਬੱਚਿਆਂ ਨੂੰ ਚੁੱਪ ਕਰਾ ਦਿਓ, ਇਹਨਾਂ ਦੀ ਤਾਂ ਮੇਰੀ ਸਪੀਕਰ ਤੋਂ ਆਵਾਜ਼ ਦੇ ਦੇ ਮਾਸ਼ਾ ਅੱਲਾ। ਇੱਕ ਸਿਆਣਾ ਜਿਹਾ ਬੰਦਾ ਨਾ, ਇਹਨਾਂ ਦੀਆਂ ਟੋਲੀਆਂ ਬਣਾ ਦਿਓ ਅਲੱਦਾ ਅਲੱਦਾ, ਇਕੱਠੇ ਨਾ ਬਿਠਾਓ, ਤਾਂ ਇਹਦੀ ਜ਼ਰਾ ਥੋੜ੍ਹੀ ਜਿਹੀ ਈਕੋ ਵੀ ਖੋਲ ਛੱਡੋ ਸਪੀਕਰ ਦੀ ਹਲਕੀ ਜਿਹੀ। ਅੱਲਾਹੁ ਅਕਬਰ। ਰੱਬੁਲ ਆਲਮੀਨ ਇਰਸ਼ਾਦ ਫਰਮਾਉਂਦੇ ਨੇ ਛੋਟੀਆਂ ਉਹਨਾਂ ਨੇ ਜ਼ਮੀਨ ਤੇ ਸੱਟੀਆਂ ਨੇ, ਰੱਸੀਆਂ ਸੱਟੀਆਂ ਨੇ, ਤੇ ਸਾਹਰੂ ਆਯੁਨ ਨਾਸ, ਛੋਟੀਆਂ ਤੇ ਜਾਦੂ ਨਹੀਂ ਕੀਤਾ, ਰੱਸੀਆਂ ਤੇ ਜਾਦੂ ਨਹੀਂ ਕੀਤਾ, ਭਲਾ ਹੋਵੇ ਤੁਹਾਡਾ, ਤੁਹਾਨੂੰ ਤਾਂ ਗਲਾ ਖੋਲ ਛੱਡਿਆ। ਜਾਦੂਗਰਾਂ ਨੇ ਰੱਸੀਆਂ ਤੇ ਜਾਦੂ ਨਹੀਂ ਕੀਤਾ, ਇਹ ਗੱਲ ਜ਼ਰਾ ਧਿਆਨ ਨਾਲ ਸੁਣਿਆ ਜੇ। ਅਸੀਂ ਵੀ ਨਾ ਬੇਧਿਆਨੇ ਕਹਿ ਦਿੰਦੇ ਹਾਂ ਰੱਸੀਆਂ ਤੇ ਸੋਟੀਆਂ ਸੱਪ ਬਣ ਗਏ, ਨਹੀਂ, ਰੱਸੀਆਂ ਰੱਸੀਆਂ ਹੀ ਨੇ, ਸੋਟੀਆਂ ਸੋਟੀਆਂ ਹੀ ਰਹੀਆਂ, ਕਿਉਂਕਿ ਉਹਨਾਂ ਰੱਸੀਆਂ ਤੇ ਸੋਟੀਆਂ ਤੇ ਜਾਦੂ ਕੀਤਾ ਹੀ ਨਹੀਂ। ਉਹਨਾਂ ਜਾਦੂ ਕਿੱਥੇ ਕੀਤਾ? ਸਾਹਰੂ ਆਯੁਨ ਨਾਸ, ਉਹਨਾਂ ਨੇ ਲੋਕਾਂ ਦੀਆਂ ਅੱਖਾਂ ਤੇ ਜਾਦੂ ਕੀਤਾ ਏ। ਵਿੱਚੇ ਹੀ ਨਬੀ ਮੂਸਾ ਅਲੈਹਿ ਸਲਾਮ ਵੀ ਨੇ, ਵਿੱਚੇ ਹੀ ਨਬੀ ਮੂਸਾ ਅਲੈਹਿ ਸਲਾਮ ਵੀ ਨੇ, ਉਹਨਾਂ ਦੀਆਂ ਅੱਖਾਂ ਤੇ ਵੀ ਜਾਦੂ। ਸਾਰੇ ਤਵੱਜੋ ਮੇਰੇ ਵੱਲ ਕਰੋ, ਮੇਰੇ ਵੱਲ, ਮੇਰੇ ਵੱਲ, ਮੇਰੇ ਵੱਲ ਤਵੱਜੋ ਕਰੋ। ਅੱਖਾਂ ਤੇ ਜਾਦੂ ਕਰ ਦਿੱਤਾ ਜਾਦੂਗਰਾਂ ਨੇ, ਲੋਕਾਂ ਦੀਆਂ ਅੱਖਾਂ ਤੇ ਜਾਦੂ ਕਰ ਦਿੱਤਾ ਏ। ਤੇ ਹੈ ਸਾਨੂੰ ਰੱਸੀਆਂ, ਹੈ ਸਾਨੂੰ ਸੋਟੀਆਂ, ਪਰ ਅੱਖਾਂ ਤੇ ਜਾਦੂ ਹੋਣ ਦੀ ਵਡਾ ਤੋਂ ਰੱਸੀਆਂ ਤੇ ਸੋਟੀਆਂ ਸੱਪ ਨਜ਼ਰ ਆਉਣ ਲੱਗ ਪਈਆਂ, ਹਾਲਾਂ ਉਹਨਾਂ ਦੀ ਹਾਲਤ ਨਹੀਂ ਬਦਲੀ।
ਇਹ ਹੁਣ ਮੇਰੇ ਵੱਲ ਧਿਆਨ ਕਰਿਆ ਜੇ ਆਖੀਏ ਨਾ ਇਹ ਇੱਥੋਂ ਦਬਾਓਗੇ ਨਾ ਇੱਕ ਇੱਕ ਬੰਦਾ ਦੋ ਦੋ ਨਜ਼ਰ ਆਉਣਗੇ ਆਉਂਦੇ ਨੇ ਕਿ ਨਹੀਂ ਹਾਲਾਂ ਬੰਦਾ ਤਾਂ ਇੱਕੋ ਹੀ ਹੈ ਲੇਕਿਨ ਅੱਖ ਨੂੰ ਥੋੜ੍ਹਾ ਜਿਹਾ ਆ ਕਰਤੱਵ ਦਿਖਾਇਆ ਇੱਕ ਇੱਕ ਬੰਦਾ ਦੋ ਦੋ ਨਜ਼ਰ ਆਉਣ ਲੱਗ ਪਏ ਨੇ ਅੱਖਾਂ ਤੇ ਜਾਦੂ ਅੱਲਾਹੁ ਅਕਬਰ ਤੇ ਮੂਸਾ ਅਲੈਹਿਸ ਸਲਾਮ ਤੇ ਵੀ ਜਾਦੂ ਹੋਇਆ ਆ ਸੁਣਿਆ ਜੇ ਕੁਰਾਨੇ ਹਕੀਮ ਰੱਬੁਲ ਆਲਮੀਨ ਇਰਸ਼ਾਦ ਫਰਮਾਉਂਦੇ ਨੇ ਜਨਾਬੇ ਮੂਸਾ ਅਲੈਹਿਸ ਸਲਾਮ ਦੀਆਂ ਅੱਖਾਂ ਤੇ ਵੀ ਜਾਦੂ ਹੋ ਗਿਆ ਏ ਜਾਦੂ ਫਰਮਾਇਆ ਜਨਾਬੇ ਮੂਸਾ ਅਲੈਹਿਸ ਸਲਾਮ ਦੀਆਂ ਅੱਖਾਂ ਤੇ ਵੀ ਜਾਦੂ ਹੋ ਗਿਆ ਏ ਲੋਕਾਂ ਦੀਆਂ ਅੱਖਾਂ ਤੇ ਵੀ ਜਾਦੂ ਹੋ ਗਿਆ ਏ ਹੁਣ ਗੌਰ ਕਰਿਆ ਜੇ ਕਿਵੇਂ ਜਾਦੂ ਹੋਇਆ ਫਰਮਾਇਆ ਵਸਤਰ ਖਬੂ ਗਮ ਵਜਾ ਬੇਸ਼ਹਿਰ ਅਜ਼ੀਮ ਤੇ ਲੋਕੀ ਉਹਨਾਂ ਦੇ ਸੱਪਾਂ ਤੋਂ ਡਰਨ ਲੱਗ ਪੈਂਦੇ ਨੇ ਤੇ ਇਹ ਬੜਾ ਵੱਡਾ ਇਹਨਾਂ ਨੇ ਜਾਦੂ ਵਿਖਾਇਆ ਏ ਮੂਸਾ ਅਲੈਹਿਸ ਸਲਾਮ ਵੀ ਡਰ ਗਏ ਵਾ ਔਹੈਨਾ ਇਲਾ ਮੂਸਾ ਅਨ ਅਲਕੇ ਅਸਾ ਕਾ ਫਾ ਇਜ਼ਾ ਗਿਆ ਤਲਕਫ ਮਾ ਯਾਫਕੂ ਅਸਾਂ ਜਨਾਬੇ ਮੂਸਾ ਅਲੈਹਿਸ ਸਲਾਮ ਨੂੰ ਵਹੀ ਕਰ ਦਿੱਤੀ ਹੈ ਤੁਸੀਂ ਆ ਸੋਟਾ ਸੁੱਟਦੇ ਹੋ ਕਦੋਂ ਵਹੀ ਕੀਤੀ ਜਦੋਂ ਮੂਸਾ ਅਲੈਹਿਸ ਸਲਾਮ ਵੀ ਡਰ ਜਾਂਦੇ ਨੇ ਫਰਮਾਇਆ ਫਰਮਾਇਆ ਫਾਇਦਾ ਖਿਬਾਲੁਹੁਮ ਵਾ ਇਸੀਯੁਹੁਮ ਯੁਖੈਯਲੁ ਇਲੈਹਿ ਮਿਨ ਸਿਖਰਿਹਿਮ ਅੰਨਹਾ ਤਸਾ ਜਦੋਂ ਉਹਨਾਂ ਨੇ ਆਪਣੀਆਂ ਰੱਸੀਆਂ ਤੇ ਸੋਟੀਆਂ ਸੁੱਟੀਆਂ ਨੇ ਤੇ ਇਹਨਾਂ ਦੀਆਂ ਅੱਖਾਂ ਤੇ ਜਾਦੂ ਕਰ ਦਿੱਤਾ ਕਿਹਨਾਂ ਦੀਆਂ ਤੇ ਜਿੰਨੇ ਲੋਕੀ ਖਲੋਤੇ ਨੇ ਵੇਖਣ ਵਾਲੇ ਨਾਜ਼ਰੀਨ ਉਹਨਾਂ ਦੀਆਂ ਅੱਖਾਂ ਤੇ ਜਾਦੂ ਕਰ ਦਿੱਤਾ ਮੂਸਾ ਅਲੈਹਿਸ ਸਲਾਮ ਦੀਆਂ ਅੱਖਾਂ ਤੇ ਵੀ ਜਾਦੂ ਕਰ ਦਿੱਤਾ ਕੁਰਾਨ ਜੇ ਕੁਰਾਨ ਕੁਰਾਨੇ ਪਾਕ ਤੋਂ ਪਤਾ ਚੱਲ ਗਿਆ ਨਬੀ ਮੂਸਾ ਤੇ ਵੀ ਜਾਦੂ ਬੋਲੋ ਹੋ ਭਲਾ ਜਾਦੂ ਸਾਡੇ ਕਈ ਭਾਬੀ ਅਹਿਲ ਹਦੀਸ ਦੀ ਮੋਹਰ ਤੇ ਹੀ ਖੁਸ਼ਫਹਿਮੀਆਂ ਚ ਰਹਿੰਦੇ ਨੇ ਜਾਦੂ ਨਾਲ ਲਿਪੜੇ ਪਏ ਹੁੰਦੇ ਨੇ ਉਹ ਗੱਲ ਕਰਨ ਵਾਲੀ ਕਰ ਅਸੀਂ ਅਹਿਲ ਹਦੀਸ ਹੁੰਦੇ ਹਾਂ ਪੜ੍ਹ ਕੇ ਸੌਂਦੇ ਹਾਂ ਪੜ੍ਹ ਕੇ ਉੱਠਦੇ ਹਾਂ ਭਲਾ ਸਾਡੇ ਤੇ ਵੀ ਜਾਦੂ ਹੋ ਸਕਦਾ ਆਹੋ ਤੂੰ ਨਬੀ ਮੂਸਾ ਤੋਂ ਵੀ ਵੱਡਾ ਨਾ ਅੱਲਾਹ ਦਾ ਪਿਆਰਾ ਤੇਰੇ ਤੇ ਨਹੀਂ ਹੋ ਸਕਦਾ ਸਾਡੇ ਬਹੁਤੇ ਅਹਿਲ ਹਦੀਸ ਇਨਕਾਰ ਕਰਦੇ ਨੇ ਉਹ ਕਈ ਮੌਲਵੀ ਇਨਕਾਰ ਕਰਨ ਦੇ ਨੇ ਮੌਲਵੀ ਜਾਦੂ ਜਿੰਨਾਤ ਦਾ ਮਦਰੱਸੇ ਚ ਨਾ ਅਸੀਂ ਜਦੋਂ ਪੜ੍ਹਦੇ ਹਾਂ ਨਾ ਮਦਰੱਸੇ ਚ ਗੱਲ ਜ਼ਿਹਨ ਚ ਰੱਖਿਆ ਜੀ ਸਾਡੇ ਸ਼ੇਖ ਸਨ ਮੌਲਾਨਾ ਅਬੂ ਬਰਕਾਤ ਅਹਿਮਦ ਮਦਾਰਸੀ ਰਹਿਮਤੁੱਲਾ ਅਲੈਹ ਜਾਮੇ ਇਸਲਾਮੀਆ ਦੇ ਸ਼ੇਖ ਉਲ ਹਦੀਸ ਹਜ਼ਰਤ ਅਲਾਮਾ ਇਹਸਾਨ ਅਲੈ ਜ਼ਹੀਰ ਰਹਿਮਹੁੱਲਾ ਤੇ ਵੀ ਉਹੀ ਉਸਤਾਦ ਸਨ ਸ਼ੇਖੇ ਮੁਹਤਰਮ ਨੇ ਕਲਾਸ ਜਦੋਂ ਬੁਖਾਰੀ ਦੀ ਫਾਰਗ ਹੋਈ ਨਾ ਬਿਠਾ ਲਿਆ ਸਾਰਿਆਂ ਨੂੰ ਵਸੀਤਾ ਕਰਨ ਲੱਗੇ ਫਰਮਾਨ ਲੱਗੇ ਬੇਟਿਓ ਅਸੀਂ ਅੱਜ ਤੁਹਾਨੂੰ 8 ਸਾਲਾਂ ਮੇਰੇ ਆਲਮ ਬਣਾ ਕੇ ਫਾਰਗ ਨਹੀਂ ਕਰ ਰਹੇ ਮਤਲਬ ਤੁਸੀਂ ਸਮਝੋ ਅਸੀਂ ਆਲਮ ਬਣ ਕੇ ਫਾਰਗ ਹੋਏ ਹਾਂ
ਅਸੀਂ 8 ਸਾਲਾਂ ਦੇ ਤੁਹਾਨੂੰ ਇਲਮ ਪੜ੍ਹਨ ਦਾ ਤਰੀਕਾ ਦੱਸਿਆ, ਅਸਾਂ ਤੁਹਾਨੂੰ ਇਲਮ ਦੇ ਦਰਵਾਜ਼ੇ ਤੇ ਲਿਆ ਕੇ ਖੜਿਆਂ ਕੀਤਾ, ਹੁਣ ਅੰਦਰ ਤੁਸੀਂ ਆਪ ਦਾਖਲ ਹੋਣਾ। ਜਿਹੜਾ ਅੰਦਰ ਦਾਖਲ ਹੋ ਜਾਏਗਾ ਨਾ, ਪੜ੍ਹੇਗਾ, ਮੁਤਾਲਿਆ ਕਰੇਗਾ, ਉਹ ਬਣੇਗਾ ਆਲਿਮ, ਤੇ ਜਿਹੜਾ ਨਹੀਂ ਨਾ ਪੜ੍ਹੇਗਾ ਉਹ ਨਹੀਂ ਬਣੇਗਾ ਆਲਿਮ। ਹੁਣ ਕਈ ਐਸੇ ਖਤੀਬ ਨੇ, ਆਲਿਮ ਨੇ, ਕੋਈ ਜ਼ਰੂਰੀ ਨਹੀਂ ਉਹਨਾਂ ਕੇ ਇਲਮ ਦੇ ਸਾਰੇ ਸ਼ੋਭੇ ਪੜ੍ਹ ਲੈਣੇ। ਵਿਰਾਸਤ ਦਾ ਇੱਕ ਅਲੱਗ ਸ਼ੋਭਾ ਹੈ, ਸਿਰਫ ਨਾਰ ਦਾ ਨਾਵ ਦਾ ਇੱਕ ਅਲੱਗ ਸ਼ੋਭਾ ਹੈ, ਉਸੂਲ ਹਦੀਸ ਦਾ ਇੱਕ ਅਲੱਗ ਸ਼ੋਭਾ ਹੈ, ਤਫਸੀਰ ਉਸੂਲ ਤਫਸੀਰ ਦਾ ਇੱਕ ਅਲੱਗ ਸ਼ੋਭਾ ਹੈ। ਇਲਮ ਅੰਦਰ ਸ਼ੋਭਾ ਜਾਤ ਨੇ, ਅਸਲੀ ਇਲਮ ਅੱਲਾ ਜੋ, ਅਸਲੀ ਇਲਮ ਵੀ ਰਿਆਜ਼ੀ ਦਾ ਵੱਖਰਾ, ਸਾਇੰਸ ਅਲੱਗ ਗੇ, ਇੰਗਲਿਸ਼ ਅਲੱਗ ਗੇ, ਵਗੈਰਾ ਵਗੈਰਾ। ਹੁਣ ਇੱਕ ਬੰਦਾ ਉਹਨੇ ਇੱਕ ਸ਼ੋਭਾ ਪੜ੍ਹਿਆ ਹੀ ਨਹੀਂ ਤੇ ਉਹਦੇ ਤੇ ਐਵੇਂ ਇਤਰਾਜ਼ ਪਿਆ ਕਰੇ ਤੇ ਮੰਨਣ ਵਾਲਾ ਵੀ ਆਉਂਦੇ ਨੇ ਵਾਹ 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 ਕਮਾਲ ਹੋ ਗਈ। ਇਹ ਤੇ ਮੌਲੀ ਸਾਹਿਬ ਟੀਵੀ ਤੇ ਵੀ ਆਉਂਦੇ ਨੇ, ਇਹ ਤੇ ਮੌਲੀ ਸਾਹਿਬ ਤਬਾ ਵੀ ਚੱਲਦਾ। ਇਹਨਾਂ ਕਹਿਤਾ ਨਾ ਕੋਈ ਜਾਦੂ ਹੈ, ਨਾ ਕੋਈ ਜਿੰਨ ਹੈ, ਨਾ ਕੋਈ ਚੰਬੜਦਾ, ਲਿਆਦਾ ਜਿੰਨ ਜਾਦੂ ਹੈ ਹੀ ਨਹੀਂ। ਭਾਈ ਅੱਲਾ ਦੇ ਨੇਕ ਬੰਦੇ ਹੋ, ਉਹ ਜਿਹੜੀ ਉਹ ਫੀਲਡ ਦਾ ਉਹਨਾਂ ਇਲਮ ਪੜ੍ਹਿਆ ਉਹਦੇ 'ਚ ਉਹਨਾਂ ਨੂੰ ਦਸਤਰਸੇ ਫਾਇਦਾ ਲੈ ਲਓ। ਜਿਹੜੀ ਉਹਨੇ ਜਿੰਨ ਜਾਦੂ ਦੀ ਉਹਨਾਂ ਫੀਲਡ ਪੜ੍ਹੀ ਨਹੀਂ, ਨਾ ਇਸ ਫੀਲਡ 'ਚ ਆਏ, ਨਾ ਤਜਰਬਾ, ਉਹਨਾਂ ਨੂੰ ਕੀ ਆਕੇ ਤੇ ਫਤਵੇ ਲਾਉਣ ਦਾ। ਹੁਣ ਗੱਲ ਜ਼ਰਾ ਗੌਰ ਕਰਨਾ ਤੁਸੀਂ ਗੌਰ। ਅਜੇ ਪਿਛਲੇ ਦਿਨੇ ਬੜਾ ਵਾਇਰਲ ਹੋਇਆ ਜਾਦੂ ਜਿੰਮ ਤੋਂ ਪਿਛਾ ਰੱਖ ਕੇ ਲੋਕਾਂ ਨੂੰ ਖੁਸ਼ ਫਹਿਮੀਆਂ ਡਾਲ ਕੇ ਮਜ਼ੀਦ ਉਹਨੂੰ ਸ਼ੈਤਾਨ ਦੇ ਸ਼ਿਕੰਜੇ ਵਿੱਚ ਫਸਾਉਣਾ। ਹੁਣ ਜਿਹੜੀ ਗੱਲ ਦਾ ਇਤਰਾ ਉਹ ਮੈਂ ਅੱਗੇ ਚੱਲ ਕੇ ਕਰਨਾ ਇਨਸ਼ਾਅੱਲਾ ਵਜ਼ਾਹਤ। ਹੁਣ ਸਭ ਤੋਂ ਪਹਿਲੀ ਗੱਲ, ਜਨਾਬੇ ਮੂਸਾ ਅਲੈਹਿ ਸਲਾਮ ਤੇ ਵੀ ਜਾਦੂ ਹੋਇਆ, ਜਾਦੂ ਅੱਖਾਂ ਤੇ ਜਾਦੂ ਹੋ ਗਿਆ ਤੇ ਜਨਾਬੇ ਮੂਸਾ ਅਲੈਹਿ ਸਲਾਮ ਵੀ ਡਰ ਗਏ ਨੇ ਜਿਵੇਂ ਦੂਜੇ ਲੋਕੀ ਡਰ ਗਏ ਨੇ। ਕੁਰਾਨ ਕਹਿ ਰਿਹਾ ਹੈ ਸੂਰਤ ਤੁਹਾ, ਰੱਬੁਲ ਆਲਮੀਨ ਫਰਮਾਉਂਦੇ ਨੇ, ਫਰਮਾਇਆ ਵਾਇਦਾ ਹਿਬਾਲੁਹੁਮ ਵਅਸੀਯੁਹੁਮ ਯੁਖੈਲੂ ਇਲੈਹਿ ਮਿਨ ਸਿਖਰਿਹਿਮ ਅੰਨਹਾ ਤਸਾ। ਰੱਬੁਲ ਆਲਮੀਨ ਫਰਮਾਉਂਦੇ ਨੇ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਵੀ ਖਿਆਲ ਉਹਨਾਂ ਦੇ ਖਿਆਲ ਜ਼ੇਨ ਵਿੱਚ ਆਇਆ ਹੈ, ਯੋ ਖਈਆ ਲੋ ਇਲੈਹੇ, ਖਿਆਲ ਜਾਦੂ ਨਾਲ ਡਾਲ ਦਿੱਤਾ ਗਿਆ ਉਹਨਾਂ ਵੱਲ। ਕੀ ਮੈਨ ਸਿਖਰੇ ਹੈ ਮੈਂ ਆਪਣੇ ਜਾਦੂ ਦੇ ਨਾਲ, ਅੰਨਹਾ ਤਸਾ ਕਿ ਰੱਸੀਆਂ ਤੇ ਛੋਟੀਆਂ ਸੱਪ ਬਣ ਕੇ ਦੌੜਨ ਡਈਆਂ ਨੇ। ਯੋ ਖਈਆ ਲੋ ਇਲੈਹੇ, ਇਹ ਜਿਹੜੇ ਲਫ਼ਜ਼ ਨੇ ਨਾ ਯੁਖਈ ਆਲੋ ਇਲੈ ਹੈ ਕੁਰਾਨ ਦੇ, ਇਹੋ ਹੀ ਲਫ਼ਜ਼ ਨੇ ਸਹੀ ਬੁਖਾਰੀ ਦੇ। ਤੇ ਮੁਨਕਰੀ ਨੇ ਹਦੀਸ ਇਹਦਾ ਇਨਕਾਰ ਪੇ ਕਰਨ ਡੇ ਨੇ, ਨਬੀ ਪਾਕ ਤੇ ਜਾਦੂ ਹੋਇਆ ਹੀ ਨਹੀਂ, ਨਬੀ ਪਾਕ ਤੇ ਜਾਦੂ ਹੋਇਆ ਹੀ ਨਹੀਂ। ਫਿਰ ਅਕਲੀ ਘੋੜੇ ਦੌੜਾਣਗੇ, ਇਹ ਜਾਦੂ ਸਾਰਾ ਪਾਕਿਸਤਾਨ 'ਚ ਹੀ ਹੈ। ਜਾਓ ਮੈਨੂੰ ਅਗਲੇ ਦੇ ਕਹਿੰਦਾ ਜਾਓ ਕੇ ਵਿਖਾਓ, ਸਾਊਦੀਆ 'ਚ ਵੀ ਕਿਸੇ ਨੂੰ ਹੁੰਦਾ ਹੋਵੇ
ਉੱਥੇ ਕੋਈ ਦਮ ਕਰਦਾ ਹੋਵੇ ਤੇ ਮਾਸ਼ਾਅੱਲਾ ਇੱਕ ਆਲਮੇ ਦੀਨ ਸਾਊਦੀਆ ਸਨ, ਉਹਨਾਂ ਫਿਰ ਜਵਾਬ ਦਿੱਤਾ, ਉਹਨਾਂ ਕਿਹਾ ਹਾਂ ਇੱਥੇ ਬਕਾਇਦਾ ਇਜਾਜ਼ਤ ਨਾਮੇ ਨੇ ਉਹਨਾਂ ਕੋਲ ਜਿਹੜੇ ਇਲਾਜ ਕਰਦੇ ਨੇ, ਜਾਦੂ ਹੁੰਦਾ ਸਾਊਦੀਆ ਚ ਵੀ। ਚਲੋ ਮੈਂ ਵੀ ਤੁਹਾਨੂੰ ਸਾਊਦੀਆ ਦੀ ਗੱਲ ਸੁਣਾਉਣ ਲੱਗਾ। ਨਬੀ ਪਾਕ ਸਾਊਦੀਆ ਹੀ ਰਹਿੰਦੇ ਸਨ, ਮਦੀਨਾ ਮੁਨੱਵਰਾ। ਸਹੀ ਬੁਖਾਰੀ ਵਿੱਚ ਆਉਂਦਾ, ਹੁਣ ਜਿਹੜੀਆਂ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਨੇ ਨਾ, ਇੱਥੇ ਗੱਲ ਮੈਂ ਸਾਬਤ, ਦੋ ਗੱਲਾਂ ਸਾਬਤ ਕੀਤੀਆਂ ਨੇ। ਇੱਕ ਤੇ ਗੱਲ ਸਾਬਤ ਕੀਤੀ ਹੈ ਅਹਿਲੇ ਹਦੀਸ, ਤੁਸੀਂ ਐਡੀਆਂ ਖੁਸ਼ ਫਹਿਮੀਆਂ ਦੇ ਅੰਦਰ ਨਾ ਰਿਹਾ ਕਰੋ, ਅਸੀਂ ਪੜ੍ਹਦੇ ਹਾਂ ਪੜ੍ਹ ਕੇ ਸੌਂਦੇ ਹਾਂ ਸਾਨੂੰ ਕੁਝ ਨਹੀਂ ਹੋਏਗਾ, ਤੁਸੀਂ ਨਬੀ ਪਾਕ ਤੋਂ ਜ਼ਿਆਦਾ ਪੜ੍ਹਨ ਵਾਲੇ ਨਹੀਂ, ਉਹਨਾਂ ਤੋਂ ਜ਼ਿਆਦਾ ਤੁਸੀਂ ਪੜ੍ਹਨ ਵਾਲੇ ਨਹੀਂ। ਨਬੀ ਪਾਕ ਅਲੈਹਿ ਸਲਾਮ ਤੇ ਜਾਦੂ ਹੋਇਆ ਤੇ ਜਨਾਬੇ ਮੂਸਾ ਪੈਗੰਬਰ ਤੇ ਵੀ ਜਾਦੂ ਹੋ ਗਿਆ, ਮੂਸਾ ਅਲੈਹਿ ਸਲਾਮ ਤੇ ਜਾਦੂ ਹੋ ਗਿਆ, ਕੁਰਾਨ ਪਾਕ ਨੇ ਕਹਿ ਦਿੱਤਾ। ਦੂਸਰਾ ਮਸਲਾ ਇਹ ਸਾਬਿਤ ਹੋਇਆ ਕਿ ਹੈਸਾ ਨੋ ਸੋਟੀਆਂ ਹੈਸਾ ਨੋ ਰੱਸੀਆਂ, ਲੇਕਿਨ ਜਾਦੂ ਦਾ ਮਨ ਪੁਸ਼ੀਦਾ ਤੇ ਜਾਦੂ ਦਾ ਮਨ ਛੁਪ ਕੇ ਧੋਖਾ ਦੇਣਾ, ਹੈਸਨ ਸੋਟੀਆਂ ਲੇਕਿਨ ਲੋਕਾਂ ਨੂੰ ਧੋਖਾ ਦੇ ਦਿੱਤਾ ਕਿ ਸੱਪ ਨਜ਼ਰ ਆ ਰਹੇ ਨੇ, ਜਾਦੂ ਦਾ ਸਹਰ ਦਾ ਸਿਹਰ ਦਾ ਮਾਨਾ ਵੀ ਤੁਹਾਡੇ ਸਾਹਮਣੇ ਆ ਗਿਆ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਜਾਦੂ ਹੋ ਗਿਆ। 6 ਮਹੀਨੇ ਅੱਲਾ ਦੇ ਨਬੀ ਨੂੰ ਵੀ ਪਤਾ ਨਹੀਂ ਚੱਲਿਆ ਕਿ ਮੇਰੇ ਤੇ ਜਾਦੂ ਏ। ਤਵੱਜੋ ਹੈ, 6 ਮਹੀਨੇ ਨਬੀ ਪਾਕ ਨੂੰ ਵੀ ਪਤਾ ਨਹੀਂ ਚੱਲਿਆ ਮੇਰੇ ਤੇ ਜਾਦੂ ਏ। 6 ਮਹੀਨੇ ਗੁਜ਼ਰੇ, ਯੁਖੈਯਲੂ ਇਲੈਹੀ, ਕੁਰਾਨ ਪਾਕ ਦੇ ਲਫ਼ਜ਼ ਮੂਸਾ ਅਲੈਹਿ ਸਲਾਮ ਦੇ ਬਾਰੇ ਤੇ ਬੁਖਾਰੀ ਅੰਦਰ ਇਹੋ ਹੀ ਲਫ਼ਜ਼ ਨਬੀ ਪਾਕ ਦੇ ਬਾਰੇ। ਖਿਆਲ ਗੁਜ਼ਰਦਾ ਜਾਦੂ ਦੀ ਵਜ੍ਹਾ ਤੋਂ, ਆਹ ਕੰਮ ਮੈਂ ਕਰ ਲਿਆ ਹਾਲਾਂ ਕੀਤਾ ਨਹੀਂ ਸੀ ਹੁੰਦਾ, ਲੇਕਿਨ ਇਹਦੇ ਵਿੱਚ ਕਈਆਂ ਲੋਕਾਂ ਨੇ ਕੁਛ ਗੱਲਾਂ ਕੋਲੋਂ ਵੀ ਬਣਾਈਆਂ ਨੇ, ਉਹ ਗਲਤ ਨੇ। ਜੋ ਸਹੀ ਬੁਖਾਰੀ ਹੈ ਬਸ ਉਸ ਹੱਦ ਤੱਕ। ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ 6 ਮਹੀਨੇ ਗੁਜ਼ਰ ਗਏ ਨੇ, ਆਪ ਨੂੰ ਵੀ ਪਤਾ ਨਹੀਂ ਚੱਲਿਆ ਕਿਉਂਕਿ ਜਾਦੂ ਅੰਦਰ ਅੰਦਰ ਪੋਸ਼ੀਦਾ ਰਿਹਾ, ਜਾਦੂ ਦਾ ਮਨ ਹੈ ਪੋਸ਼ੀਦਾ ਅੰਦਰ ਅੰਦਰ ਰਿਹਾ, ਜ਼ਾਹਿਰ ਨਹੀਂ ਹੋਇਆ। ਤੇ 6 ਮਹੀਨਿਆਂ ਤੋਂ ਬਾਅਦ ਮੇਰੇ ਪੈਗੰਬਰ ਸੁੱਤੇ ਨੇ, ਹਜ਼ਰਤ ਦੀਆਂ ਅੱਖਾਂ ਸੁੱਤੀਆਂ ਨੇ, ਦਿਲ ਜਾਗ ਰਿਹਾ ਹੈ, ਹਜ਼ਰਤ ਜਿਬਰਾਈਲ ਤੇ ਮੀਕਾਈਲ ਆ ਗਏ ਨੇ, ਇੱਕ ਸਰਹੰਦੀ ਖਲੋ ਗਿਆ, ਦੂਜਾ ਪੁਆਂਦੀ ਖਲੋ ਗਿਆ, ਸਰ ਵੱਲ ਪੈਰਾਂ ਵੱਲ, ਇੱਕ ਕਹਿੰਦਾ ਇਹ ਕੌਣ ਹੈ, ਦੂਜਾ ਕਹਿੰਦਾ ਨਾ ਤੇ ਜਾਦੂ ਹੋਇਆ, ਪਹਿਲਾ ਕਹਿੰਦਾ ਕਿੰਨੇ ਕੀਤਾ ਤੇ ਹਲੋ ਬੇਦ ਦੇ ਨਾ ਸਾਹਮਣੇ ਕੀਤਾ ਹੈ, ਤੇ ਫਿਰ ਦੂਸ ਪਹਿਲਾ ਕਹਿੰਦਾ ਕਾਹਦੇ ਤੇ ਕੀਤਾ, ਜੀ ਇਹਨਾਂ ਦੇ ਸਰ ਦੇ ਵਾਲ ਨੇ ਔਰ ਕੰਘੀ ਦੇ ਦੰਦੇ ਜਿਹੜੇ ਆਕਾ ਕੰਘੀ ਫੇਰਦੇ ਸਨ, ਵਾਲ ਵਿੱਚੋਂ ਨਿਕਲਦੇ ਸਨ, ਉਹਨਾਂ ਵਾਲਾਂ ਤੇ ਕੰਘੀ ਦੇ ਦੰਦਿਆਂ ਤੇ ਕੀਤਾ ਗਿਆ, ਤੇ ਕਿੱਥੇ ਰੱਖਿਆ, ਜੀ ਖਜੂਰ ਦਾ ਗੁਲਾਬ ਜਿਹਦੇ ਬੂਰ ਲੱਗਦਾ ਹੈ ਖਾਲੀ ਕਰਕੇ ਨਾ ਉਹਦੇ ਵਿੱਚ ਰੱਖ ਕੇ, ਤੇ ਬਨੂ ਜ਼ਰਵਾਨ ਦੇ ਕੂਵੇਂ ਦੇ ਵਿੱਚ ਪੱਥਰ ਦੇ ਥੱਲੇ ਰੱਖਿਆ। ਗੱਲ ਦੀ ਸਮਝ ਆਈ ਜੇ? ਇੱਥੇ ਹੁਣ ਇੱਕ ਦੋ ਗੱਲਾਂ ਬੜੀਆਂ ਵਜ਼ਾਹਤ ਵਾਲੀਆਂ ਹੋਣੀਆਂ ਨੇ, ਵਜ਼ਾਹਤ ਵਾਲੀਆਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਖਬਰ ਮਿਲੀ
ਮੇਰੇ ਤੇ ਜਾਦੂ ਹੋਇਆ। ਨਬੀ ਪਾਕ ਨੇ ਸਭ ਤੋਂ ਪਹਿਲਾਂ ਕੰਮ ਕਿਹੜਾ ਕੀਤਾ? ਸਾਡੇ ਕਈ ਵਜ਼ੀਫੇ ਦੱਸਣ ਵਾਲੇ ਚੈਨਲ ਤੇ ਬੈਠੇ ਨੇ, ਚੈਨਲ ਚਲਾ ਰਹੇ ਨੇ, ਮੁਖਤਲਿਫ ਫਾਲੋਅਰ ਬੜੇ ਹੋ ਗਏ ਨੇ, ਵਿਊਜ਼ ਬੜੇ ਮਿਲ ਰਹੇ ਨੇ। ਅੱਛੀ ਗੱਲ ਹੈ, ਵਜ਼ੀਫੇ ਦੱਸਣੇ, ਲੇਕਿਨ ਇਹ ਗੱਲ ਯਾਦ ਰੱਖੋ, ਵਜ਼ੀਫਿਆਂ ਨਾਲ ਜੋ ਮੇਰਾ ਤਜਰਬਾ, ਜਾਦੂ ਦੱਬ ਜਾਂਦਾ, ਜੜ ਖਤਮ ਨਹੀਂ ਹੁੰਦੀ। ਦੱਬ ਜਾਏਗਾ ਦਮ ਨਾਲ, ਵਜ਼ੀਫਿਆਂ ਨਾਲ, ਫਿਰ 7-6 ਮਹੀਨਿਆਂ ਬਾਅਦ ਫਿਰ ਉੱਗ ਪਏਗਾ, ਕਿਉਂਕਿ ਜੜ ਨਹੀਂ ਕੱਟੀ ਗਈ। ਨਬੀ ਅਲੀ ਸਲਾਮ ਨੇ ਸਭ ਤੋਂ ਪਹਿਲਾ ਕੰਮ ਕੀਤਾ ਜੜ ਕੱਟੀ, ਜਾਦੂ ਦੀ ਜੜ ਦੱਸ ਦਿੱਤੀ ਸੀ ਜਿਬਰਾਇਲ ਮੀਕਾਇਲ ਨੇ, ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸਭ ਤੋਂ ਪਹਿਲੇ ਕੂਏ ਤੇ ਜਾਂਦੇ ਨੇ। ਮੇਰੇ ਪੈਗੰਬਰ ਫਰਮਾਉਂਦੇ ਨੇ, ਮੈਂ ਉਸ ਕੂਏ ਦਾ ਪਾਣੀ ਵੇਖਿਆ, ਮੈਦੀ ਕਲਰ ਦਾ ਹੋ ਗਿਆ, ਕੂਏ ਦਾ ਪਾਣੀ ਮੈਦੀ ਕਲਰ ਦਾ ਹੋ ਗਿਆ, ਮੈਦੀ ਸੁੱਟੀ ਸੀ ਵਿੱਚ, ਇਹ ਪਾਣੀ ਦੀ ਰੰਗਤ ਕਾਹਦੇ ਨਾਲ ਬਦਲੀ ਹੈ? ਤੁਸਾਂ ਨਹੀਂ ਬੋਲਣਾ, ਜਾਦੂ ਨਾਲ। ਉੱਥੇ ਦੱਬਿਆ ਸੀ ਨਾ, ਉਹ ਜਾਦੂ ਦਾ ਅਸਰ ਪਾਣੀ ਤੇ ਵੀ ਹੋ ਗਿਆ। ਸਹੀ ਬੁਖਾਰੀ ਦੀ ਹਦੀਸ ਹੈ, ਤੁਸੀਂ ਡਰਦੇ ਬੋਲਦੇ ਹੀ ਨਹੀਂ ਪਏ, ਤੁਸੀਂ ਪਰੇਸ਼ਾਨ ਕਰੋ। ਜਿਹੜਾ ਮੈਂ ਜੁਮਲਾ ਬੋਲਣਾ ਕਹੀ, ਉਹ ਹਵਾਲੇ ਦਾ ਮੈਂ ਜ਼ਿੰਮੇਦਾਰ ਹਾਂ। ਕਲਰ ਬਦਲ ਗਿਆ ਪਾਣੀ ਦਾ ਜਾਦੂ ਦੀ ਵਜ੍ਹਾ ਤੋਂ। ਹੁਣ ਉਹ ਜਿਹੜਾ ਬਾਗ ਸੀ ਨਾ, ਜਿਹਦੇ ਵਿੱਚ ਕੂਆਂ ਸੀ, ਉਸ ਬਾਗ ਦੇ ਬੂਟੇ, ਸਹੀ ਬੁਖਾਰੀ ਦੇ ਲਫ਼ਜ਼ ਨੇ, ਜਾਦੂ ਦੀ ਵਜ੍ਹਾ ਤੋਂ ਬਰਬਾਦ ਹੋਏ। ਇਸ ਤਰ੍ਹਾਂ ਜਿਵੇਂ ਸ਼ੈਤਾਨਾਂ ਦੇ ਸਿਰ ਨੇ, ਮੈਂ ਉਹਦੀ ਪੰਜਾਬੀ ਤਰਜਮਾ ਕਰਨਾ ਹੁੰਦਾ, ਬੂਟੇ ਫਲ ਖੱਗੇ ਮਰੁੰਡੇ ਗਏ, ਇੰਝ ਹੋ ਗਏ ਜਿਵੇਂ ਟੁੰਡੇ ਹੱਥ ਨੇ, ਬਾਗ ਹੀ ਬਰਬਾਦ ਹੋ ਗਿਆ। ਹੁਣ ਉਹ ਜਿਹੜਾ ਬਾਗ ਸੀ, ਜਿਹਦਾ ਉਹ ਬਾਗ ਸੀ, ਉਸ ਮਾਲਿਕ ਦਾ ਉਹ ਕਾਰੋਬਾਰ ਸੀ ਨਾ, ਬੋਲੋਗੇ ਤੇ ਮੈਂ ਅੱਗੇ ਚੱਲਣਾ, ਉਹ ਬਾਗ ਉਸਦੇ ਮਾਲਿਕ ਦਾ ਕਾਰੋਬਾਰ ਸੀ ਨਾ, ਉਹਦੇ ਤੇ ਮਿਹਨਤ ਕਰਦਾ ਸੀ, ਫਲ ਲੱਗਣਾ, ਫਲ ਲਾਉਣਾ, ਸੇਲ ਕਰਨਾ, ਉਹਨਾਂ ਪੈਸਿਆਂ ਨਾਲ ਆਪਣਾ ਘਰ ਬਾਰ ਚਲਾਉਣਾ ਕਾਰੋਬਾਰ ਸੀ ਨਾ। ਕਾਰੋਬਾਰ ਤੇ ਅਸਰ ਹੋ ਗਿਆ ਜਾਦੂ ਦਾ, ਕਾਰੋਬਾਰ ਬਰਬਾਦ ਹੋ ਗਿਆ ਜਾਦੂ ਨਾਲ। ਮਿਰਜ਼ਾ ਮੁਹੰਮਦ ਅਲੀ ਜੇਲ੍ਹ ਵੀ ਅਗਲੇ ਨੇ ਜਵਾਬ ਦੇਣ ਦਿਆ, ਉਹ ਨਹੀਂ ਨਹੀਂ ਕੋਈ ਨਹੀਂ ਅਸਰ ਹੁੰਦਾ, ਦੱਸ ਅੱਗੇ ਪਿੱਛੇ ਬੁਖਾਰੀ ਮੁਸਲਿਮ ਦੇ ਹਵਾਲੇ, ਇੱਥੇ ਬੁਖਾਰੀ ਨਜ਼ਰ ਹੀ ਨਹੀਂ ਆਈ। ਕਾਰੋਬਾਰ ਬਰਬਾਦ ਹੋ ਗਿਆ ਜਾਦੂ ਨਾਲ, ਕਾਰੋਬਾਰਾਂ ਤੇ ਅਸਰ ਹੋ ਜਾਂਦਾ ਜਾਦੂ ਦਾ। ਹੁਣ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਹੈ, ਮੇਰੇ ਪੈਗੰਬਰ ਨੇ ਆਰਡਰ ਦਿੱਤਾ ਕਿ ਪੱਥਰ ਦੇ ਥੱਲੇ ਉਹ ਜਿਹੜਾ ਜਾਦੂ ਸੀ, ਜਿਹੜੀ ਜਾਦੂ ਦੀ ਜੜ ਸੀ,
ਜਿੱਥੋਂ ਜਾਦੂ ਦੇ ਅਸਰਾਤ ਨਹੀਂ ਕਰ ਰਹੇ ਸਨ। ਜਾਦੂ ਦੀ ਜੜ ਨਬੀ ਪਾਕ ਅਲੈਹਿ ਸਲਾਮ ਨੇ ਪੱਥਰ ਦੇ ਥਲਿਓ ਪੁਟਾਇਆ ਜਾਦੂ, ਤੇ ਪੁੱਟ ਕੇ ਨਾ ਪੱਥਰ ਥਲਿਓ ਕੱਢ ਕੇ ਉੱਥੇ ਹੀ ਸੁੱਟਿਆ। ਫਰਮਾਇਆ ਖੂਹ ਬੰਦ ਕਰ ਦਿਓ, ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ। ਦਰਖਤ ਨਾ ਉਹਦੀਆਂ ਉੱਤੋਂ ਟਹਿਣੀਆਂ ਕੱਟੀ ਆਓ ਹਾਂ, ਫਿਰ ਪੂੰਗਰ ਪੈਦਾ, ਮੁੱਢੋਂ ਵੀ ਵੱਢ ਲਓ ਫਿਰ ਪੂੰਗਰ ਪੈਦਾ, ਪਰ ਜੇ ਉਤਰੇ ਤੁਸੀਂ ਇੱਕ ਡਾਹਣੀ ਵੀ ਨਾ ਵੱਢੋ, ਸਿਰਫ ਜਦੋਂ ਪੁੱਟ ਕੇ ਬਾਹਰ ਮਾਰੋ ਭਾਵੇਂ ਉੱਥੇ ਹੀ ਰੱਖ ਦਿਓ, ਹੁਣ ਸੁੱਕ ਜਾਏਗਾ ਨਾ। ਅਜੇ ਵੀ ਨਹੀਂ ਤੁਹਾਨੂੰ ਸਮਝ ਆਈ? ਆ ਮੋਬਾਈਲ ਤੁਹਾਡੇ ਕੋਲ ਵੀ ਹੈ ਨੇ ਨਾ, ਸਿਗਨਲ ਕਦੋਂ ਆਉਂਦੇ ਨੇ? ਸਿਮ ਪਾਓ ਨਾ ਵਿੱਚ, ਸਿਗਨਲ ਆ ਜਾਣਗੇ। ਤੁਸੀਂ ਕਹੋਗੇ ਉਹ ਟਾਵਰ ਤੋੜ ਦਿਓ, ਸਿਗਨਲ ਨਾ ਆਉਣ, ਟਾਵਰ ਤੋੜ ਦਿੱਤਾ, ਉਸ ਟਾਵਰ ਦੇ ਆ ਗਏ ਨੇ, ਉਹ ਵੀ ਤੋੜਿਆ ਉਹਦੇ ਆ ਗਏ ਨੇ। ਜੇ ਤੂੰ ਸਿਗਨਲ ਬੰਦ ਕਰਾਉਣਾ ਉਹਦਾ ਹੱਲ ਟਾਵਰ ਤੋੜਨਾ ਨਹੀਂ, ਸਿਮ ਕੱਢ ਦੇ। ਹੁਣ ਵੀ ਸਮਝ ਆਈ ਦੇ ਕੇ ਨਹੀਂ? ਜਾਦੂ ਨੂੰ ਜੜ ਤੋਂ ਖਤਮ ਕਰਨ ਦਾ ਤਰੀਕਾ, ਉਹਦੀ ਜੜ ਫੜੋ, ਜੜ ਉਹਦੀ ਜੜ ਲੱਭੋ। ਮੈਂ ਪਰਸੋਂ ਇੱਕ ਫੈਮਿਲੀ ਦਾ ਇਲਾਜ ਕੀਤਾ, ਨਹੀਂ ਕੱਲ, ਆ ਕੱਲ ਦੀ ਗੱਲ ਹੈ, ਕੱਲ ਕੱਲ ਜੁਮਾ ਸੀ ਨਾ, ਆ ਕੱਲ ਦੀ ਗੱਲ। ਤੇ ਮੇਰਾ ਤਰੀਕਾ, ਮੈਂ ਕੋਸ਼ਿਸ਼ ਕਰਨਾ, ਚੂੰਕਿ ਇਹ ਇਲਾਜ ਮੁਆਮਲਾ ਇਬਾਦਤ ਨਹੀਂ, ਕੋਸ਼ਿਸ਼ ਕਰਨਾ ਜਿੱਥੇ ਮੈਨੂੰ ਸੁਨਤ ਤੋਂ ਕੋਈ ਤਰੀਕਾ ਮਿਲੇ ਉਹ ਲੈਣਾ। ਮੈਂ ਸਭ ਤੋਂ ਪਹਿਲੇ ਜਿਹੜੀ ਜਿਹਦਾ ਵੀ ਇਲਾਜ ਕਰਾਂ ਉਹਦੀ ਜੜ ਫੜਨਾ, ਕੋਸ਼ਿਸ਼ ਕਰਨਾ, ਘੰਟਾ ਲੱਗ ਜੇ, ਦੋ ਲੱਗ ਜੇ, ਤਿੰਨ ਲੱਗ ਜੇ, ਜੜ ਲੱਭਣੀ ਕਿ ਜਾਦੂ ਕਿਸ ਚੀਜ਼ ਤੇ ਕੀਤਾ ਗਿਆ ਤੇ ਕਿੱਥੇ ਦੱਬੇ ਹੈ, ਤੇ ਜਾ ਕੇ ਮੈਂ ਕਈਆਂ ਮਾਰ ਕੇ ਪੁੱਟਣ ਨਹੀਂ ਲੱਗ ਪੈਂਦਾ। ਉਹ ਪੁਟਾਈ ਦਾ ਜਿੰਨਾ ਧੋਈ ਔਰ ਉਹ ਹੀ ਲੱਭਦੇ ਨੇ। ਅਸੀਂ ਕੁਰਾਨੇ ਪਾਕ ਦੀ ਪੜ੍ਹਾਈ ਕਰੀ ਆਉਂਦੇ ਹਾਂ, ਆਸਾਨੀ ਹੋ ਜਾਂਦੀ ਹੈ। ਮੇਰੀ ਇਹ ਲਾਈਫ 'ਚ ਪਹਿਲਾਂ ਆਇਆ ਸੀ, ਅਸੀਂ ਵੀ ਬੜਾ ਖਪੇ ਪਰ ਗੱਲ ਦੀ ਸਮਝ ਨਾ ਆਈ। ਫਿਰ ਉਹਨਾਂ ਦਾ ਜਿਹੜਾ ਮੇਨ ਬੰਦਾ ਸੀ ਜਿਹਨੂੰ ਉਹ ਕਾਬੂ ਆਇਆ, ਉਹਨੇ ਦੱਸਿਆ ਕਿ ਸੱਤ ਜੀ ਨੇ ਸੱਤਾਂ ਪਿਆਲੇ 'ਚ ਪਾਣੀ ਪਾ ਕੇ ਉਹ 'ਤੇ ਜਾਦੂ ਕੀਤਾ ਅਤੇ ਫਲਾਣੇ ਈਸਾਈ ਮਸੀਹ ਕਬਰਸਤਾਨ ਦੇ ਵਿੱਚ ਦੱਬਿਆ। ਜੂ ਹੀ ਪਿਆਲੇ ਪੁੱਟੇ ਨਾਲ ਹੀ ਉਹਦਾ ਜ਼ੋਰ ਟੁੱਟ ਗਿਆ। ਜੜ ਤੋਂ ਖਤਮ ਕਰਨ ਵਾਸਤੇ ਜਾਦੂ, ਜੜ ਲੱਭੋ ਦੀ ਜੜ। ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਦੀ ਜੜ ਪੱਟੀਏ ਉੱਥੇ ਦਫ਼ਨ ਕਰ ਦਿੱਤਾ ਏ। ਮੇਰੇ ਪੈਗੰਬਰ ਨੇ ਸਾਰਾ ਵਾਕਿਆ ਘਰ ਆ ਕੇ ਸਈਦਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਅਨਹਾ ਨੂੰ ਬਿਆਨ ਕਰ ਦਿੱਤਾ ਹੈ। ਅੰਮਾ ਜੀ ਫਰਮਾਉਂਦੀਆਂ ਨੇ, ਆਕਾ ਸੋਹਣਿਆ ਤੁਸੀਂ ਪੁਟਾ ਕੇ ਇੱਥੇ ਲੈ ਆਉਂਦੇ? ਫਰਮਾਇਆ ਆਇਸ਼ਾ, ਜਦੋਂ ਅੱਲਾਹ ਨੇ ਮੈਨੂੰ ਸ਼ਿਫਾ ਦੇ ਦਿੱਤੀ ਏ, ਮੈਨੂੰ ਲੋਕਾਂ ਨੂੰ ਪਰੇਸ਼ਾਨੀ ਵੇ ਪਾਉਣ ਦੀ ਲੋੜ ਕੀ ਏ, ਤੇ ਆਹ ਜਿਹੜੀ ਤੁਹਾਨੂੰ ਰਵਾਇਤ ਸੁਣੀ ਹੈ ਨਾ, ਨਬੀ ਅਲੈਹਿਸਲਾਮ ਨੇ ਪੁੱਟ ਕੇ ਬਾਹਰ ਕੱਢਿਆ ਤੇ 11 ਗੰਢਾਂ ਸਨ। ਕਿੰਨੀਆਂ ਗੰਢਾਂ?
ਇਹ ਸੁਣਿਆ ਜੇ ਨਾ, 11 ਗੰਢਾਂ ਸਨ ਤੇ ਸੂਰਤ ਕੁਲ ਆਊਜ਼ ਬਿਰਬਿਲ ਫਲਕ ਵੰਨਾਸ ਇਹ ਨਾਜ਼ਲ ਹੋਈਆਂ ਤੇ 11 ਹੀ ਇਹਨਾਂ ਦੀਆਂ ਐਤਾਂ ਨੇ। ਇੱਕ ਇੱਕ ਐਤ ਪੜ੍ਹਦੇ ਗਏ ਗੰਢ ਖੁੱਲਦੀ ਗਈ, ਕਿਸੇ ਵੀ ਸਹੀ ਸਨਅਤ ਤੇ ਰਵੈਤ ਸਾਬਤ ਨਹੀਂ, ਸਨਅਤ ਨੇ ਰਵੈਤ ਜ਼ਈਫ ਹੈ ਔਰ ਇਸੇ ਜ਼ਈਫ ਰਵੈਤ ਨੇ ਕਈਆਂ ਲੋਕਾਂ ਨੂੰ ਭੁਲੇਖਾ ਪਾਇਆ। ਉਹ ਵਿਚਾਰੇ ਇਹ ਇਲਾਜ ਕਰਦੇ ਰਹਿੰਦੇ ਨੇ, ਸਾਰੀ ਸਾਰੀ ਉਮਰ ਹੀ ਲੰਘ ਜਾਂਦੀ। ਹਾਂ ਹੁਣ ਇਹ ਕਦੋਂ ਪੜ੍ਹਨਾ, ਜਦੋਂ ਜੜ ਤੋੜੋ, ਜੜ ਵੀ ਪੱਟੋ, ਇੱਕ ਤਰ੍ਹਾਂ ਸਫਾਈ ਕਰੋ, ਹੁਣ ਅੱਗੋਂ ਪੜ੍ਹੋ, ਰੋਜ਼ਾਨਾ ਪੜ੍ਹਿਆ ਕਰੋ। ਕਿਸ ਤਰ੍ਹਾਂ? ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਰਾਤ ਨੂੰ ਜਿਸ ਵੇਲੇ ਆਪਣੇ ਬਿਸਤਰ ਤੇ ਜਾਂਦੇ ਨੇ, ਮੇਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਆਪਣਾ ਹੱਥ ਉਠਾ ਲੈਂਦੇ ਨੇ, ਮੇਰੇ ਪੈਗੰਬਰ ਹੱਥ ਚੁੱਕ ਕੇ 3 ਮਰਤਬਾ ਕੁਲ ਹੁਵੱਲਾ ਪੜ੍ਹਦੇ, 3 ਮਰਤਬਾ ਸੂਰਾ ਫਲਕ ਪੜ੍ਹਦੇ, 3 ਮਰਤਬਾ ਸੂਰਾ ਵੰਨਾਸ ਪੜ੍ਹਦੇ, ਹੱਥਾਂ 'ਤੇ ਫੂਕ ਮਾਰਦੇ, ਸਾਰੇ ਜਿਸਮ 'ਤੇ ਫੇਰ ਕੇ ਫਿਰ ਸੌਣ ਦੀਆਂ ਦੁਆਵਾਂ ਪੜ੍ਹ ਕੇ ਸੌ ਜਾਂਦੇ। ਇਹ ਤੁਸੀਂ ਵੀ ਅਮਲ ਕਰਿਆ ਕਰੋ, ਆਪਣੇ ਬੱਚਿਆਂ ਨੂੰ ਅਮਲ ਕਰਾਇਆ ਕਰੋ। ਇਹਦਾ ਫਾਇਦਾ ਕੀ ਹੋਏਗਾ? ਜਾਦੂ। ਤਵੱਜੋ ਮੇਰੇ ਵੱਲ ਰੱਖਿਆ ਜੇ, ਪੁੱਤਰ ਬਹਿ ਜਾਓ, ਬੇਟਾ ਬੈਠ ਜਾਓ, ਬੈਠ ਜਾਓ, ਬੈਠ ਜਾਓ, ਕਿਤੇ ਬੈਠ ਜਾਓ। ਫਾਇਦਾ ਕੀ ਹੋਏਗਾ? ਮੇਰੇ ਤਜਰਬੇ ਦੇ ਮੁਤਾਬਿਕ ਤਵੱਜੋ ਹੈ ਤੇ ਮੈਂ ਗੱਲ ਕਰਨਾ, ਮੇਰਾ ਚੂੰਕਿ ਫੀਲਡ ਹੈ, ਤਜਰਬਾ ਹੈ, ਸਾਰਾ ਸਾਰਾ ਦਿਨ ਹੀ ਗੁਜ਼ਰ ਜਾਂਦਾ ਇਹਦੇ 'ਚ ਮਰੀਜ਼ਾਂ 'ਚ। ਜ਼ਿਆਦਾ ਤੋਂ ਜ਼ਿਆਦਾ 5% ਜਾਦੂ ਇਨਸਾਨ ਕਰਾਉਂਦੇ ਨੇ, 5%। 95% ਜਾਦੂ ਸ਼ੈਤਾਨ ਕਰਾ ਰਹੇ ਨੇ। ਸ਼ੈਤਾਨ ਮੇਰਾ ਅਤੇ ਤੁਹਾਡਾ ਅਜ਼ਲੀ ਦੁਸ਼ਮਣ। ਹੁਣ ਇਹਦੀਆਂ ਮੈਂ ਕੁਛ ਤਜਰਬੇ ਦੀਆਂ ਗੱਲਾਂ ਬਿਆਨ ਕਰਨੀਆਂ ਨੇ, ਕੁਛ ਕੁਰਾਨ ਹਦੀਸ ਦੀਆਂ ਗੱਲਾਂ। ਤਵੱਜੋ ਕਰਿਆ ਜੋ, ਕੁਰਾਨੇ ਪਾਕ ਅੰਦਰ ਰੱਬੁਲ ਆਲਮੀਨ ਨੇ ਕਈ ਮਰਤਬਾ ਕਹਿ ਦਿੱਤਾ, ਫਰਮਾਇਆ ਕਈਆਂ ਜਗ੍ਹਾ ਤੇ ਕਹਿ ਦਿੱਤਾ ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਆ ਕੁਰਾਨੇ ਪਾਕ ਦਾ ਮੁਕਾਮ ਸੁਣਿਆ ਜੇ, ਫਰਮਾਇਆ ਯਾ ਅਯੂਹੱਲਜ਼ੀਨ ਆਮਨੂ ਅਤੀਉੱਲਾਹ ਵਰ ਰਸੂਲ ਫਇਨ ਤਵੱਲੋ ਫਇਨ ਹਾਂ ਕੁਰਾਨ ਇੱਕ ਮੁਕਾਮ ਤੇ ਰੱਬੁਲ ਆਲਮੀਨ ਫਰਮਾਉਂਦੇ ਨੇ ਇਨਹੁ ਲਕੁਮ ਅਦੁਵੁਮ ਮੁਬੀਨ, ਸ਼ੈਤਾਨ ਤੁਹਾਡਾ ਵਾਜ਼ੇ ਦੁਸ਼ਮਣ ਹੈ। ਇੱਕ ਜਗ੍ਹਾ ਤੇ ਨਹੀਂ, ਕਈਆਂ ਜਗ੍ਹਾ ਤੇ ਅੱਲਾ ਨੇ ਕਹਿ ਦਿੱਤਾ ਸ਼ੈਤਾਨ ਤੁਹਾਡਾ ਦੁਸ਼ਮਣ ਹੈ, ਪਹਿਲੇ ਦਿਨ ਤੋਂ ਦੁਸ਼ਮਣ ਹੈ। ਤੇ ਦੁਸ਼ਮਣ ਕਿਵੇਂ ਦਾ? ਇਹਨੇ ਲਲਕਾਰ ਕੇ ਕਿਹਾ ਸੀ, ਸੂਰਾ ਆਰਾਫ ਜ਼ਰਾ ਪੜਿਆ ਜੇ, ਰੱਬੁਲ ਆਲਮੀਨ ਦਾ ਕੁਰਾਨ ਹੈ ਸੂਰਤ ਆਰਾਫ, ਰੱਬੁਲ ਆਲਮੀਨ ਫਰਮਾਉਂਦੇ ਨੇ ਜਦੋਂ ਇਹਨੇ ਹਜ਼ਰਤ ਆਦਮ ਨੂੰ ਅੱਲਾ ਦਾ ਹੁਕਮ ਮੰਨ ਕੇ ਸਜਦਾ ਨਾ ਕੀਤਾ, ਰੱਬੁਲ ਆਲਮੀਨ ਨੇ ਇਹਨੂੰ ਰੱਦ ਕਰ ਦਿੱਤਾ ਏ। ਤੇ ਹੁਣ ਕੀ ਕਹਿੰਦਾ? ਕਹਿੰਦਾ ਫਮਕਾ ਲਫਾ ਬੇਮਾ ਅਗ ਵਈ ਤਨੀ ਲਾਕ ਉਦਨ ਲਹੁਮ ਸਿਰਾਤ ਕਲ ਮੁਸਤਕੀਮ,
ਅੱਲਾ ਇਸ ਇਨਸਾਨ ਦੀ ਵਜ੍ਹਾ ਤੋਂ ਮੈਨੂੰ ਤੂੰ ਕੀਤਾ ਨਾ ਰੱਦ, ਤੇ ਹੁਣ ਸੁਣ ਲੈ ਮੈਂ ਵੀ ਇਹਦੇ ਮੈਂ ਤੇਰੇ ਸਿੱਧੇ ਰਸਤੇ ਤੇ ਬਹਿ ਜਾਵਾਂਗਾ, ਸਿਰਾਤੇ ਮੁਸਤਕੀਮ ਤੇ ਬਵਾਂਗਾ, ਅੱਲਾ ਮੈਂ ਇਹਨਾਂ ਨੂੰ ਗੁਮਰਾਹ ਕਰਾਂਗਾ, ਇਹਨਾਂ ਤੇ ਮੈਂ ਹਮਲੇ ਕਰਾਂਗਾ, ਮੈਂ ਇਹਨਾਂ ਦੇ ਸੱਜੇ ਪਾਸਿਓ ਹਮਲੇ ਕਰਾਂਗਾ, ਮੈਂ ਇਹਨਾਂ ਦੀ ਬੈਕ ਤੋਂ ਹਮਲੇ ਕਰਾਂਗਾ, ਮੈਂ ਇਹਨਾਂ ਦੇ ਖੱਬਿਓਂ ਹਮਲੇ ਕਰਾਂਗਾ, ਅੱਲਾ ਮੈਂ ਇਹਨਾਂ ਨੂੰ ਤੇਰੇ ਨਸ਼ੁਕਰੇ ਬੰਦੇ ਬਣਾ ਦਿਆਂਗਾ। ਆ ਵੇਖੋ ਨੇ ਆਪ ਐਲਾਨ ਕੀਤਾ ਮੈਂ ਹਰ ਤਰ੍ਹਾਂ ਦੇ ਹਮਲੇ ਕਰਾਂਗਾ। ਹੁਣ ਕਿਵੇਂ ਹਮਲੇ ਕਰਦਾ? ਤਵੱਜੋ ਕਰਿਆ ਜੇ, ਬੰਦੇ ਨੂੰ ਨਜ਼ਰ ਲੱਗ ਜਾਂਦੀ ਹੈ ਨਜ਼ਰ ਦੇ ਬਾਰੇ। ਨਬੀ ਪਾਕ ਫਰਮਾਉਂਦੇ ਨੇ ਅਲ ਅਈਨੋ ਹੱਕ, ਨਜ਼ਰ ਤਾਂ ਲੱਗ ਜਾਣਾ ਹੱਕ, ਨਜ਼ਰ ਪਿਆਰ ਨਾਲ ਵੀ ਲੱਗ ਜਾਂਦੀ ਹੈ, ਲੇਕਿਨ ਬਹੁਤੀ ਨਜ਼ਰ ਲੱਗਦੀ ਹੈ ਹਸਦ ਦੇ ਨਾਲ। ਬਿਸਮਿਲਲਾਹ ਅਰਕੀਕਾ ਮਿਨ ਕੁੱਲ ਸ਼ਈਅਨ ਯੂਅਜ਼ੀਕਾ ਮਿਨ ਸ਼ਰ ਕੁੱਲ ਨਫਸ ਔ ਅਈਨਿਨ ਹਾਸਿਦਿਨ ਔ ਅਈਨਿਨ ਹਾਸੇ ਦਿਨ। ਨਬੀ ਪਾਕ ਨੇ ਜਿਹੜਾ ਦਮ ਕੀਤਾ ਨਾ, ਉਹਦੇ ਲਫ਼ਜ਼ ਨੇ ਕਿ ਮੈਂ ਦਮ ਕਰਨ ਲੱਗਾ ਹਰ ਉਹ ਚੀਜ਼ ਤੋਂ ਜਿਹੜੀ ਇਹਨੂੰ ਨੁਕਸਾਨ ਦੇ ਰਹੀ ਹੈ, ਔਰ ਉਸ ਨਜ਼ਰ ਦਾ ਵੀ ਦਮ ਕਰਨ ਲੱਗਾ ਜਿਹੜੀ ਹਾਸੇ ਦੀ ਲੱਗੀ ਹੈ। ਹੁਣ ਸਮਝ ਆਈ ਦੇ, ਸਿਰਫ ਪਿਆਰ ਨਾਲ ਹੀ ਨਜ਼ਰ ਨਹੀਂ ਲੱਗਦੀ, ਹਸਦ ਨਾਲ ਸੜਨ ਨਾਲ ਬਹੁਤੀ ਲੱਗਦੀ। ਤੇ ਜਿੰਨਾ ਮੇਰਾ ਤੁਹਾਡਾ ਜੈਲਸ ਹਾਸਦ ਸ਼ੈਤਾਨ ਹੈ, ਇੰਨਾ ਕੋਈ ਲੱਭਣਾ ਹੀ ਨਹੀਂ। ਸ਼ੈਤਾਨ ਸਭ ਤੋਂ ਬੜਾ ਜੈਲਸ। ਤੇ ਨਬੀ ਪਾਕ ਦਾ ਜਿਹੜਾ ਤਰੀਕਾ ਹੈ ਨਾ, ਆਪ ਰੋਜ਼ਾਨਾ ਤਿੰਨ ਮਰਤਬਾ ਕੁਲ ਹੋ ਵੱਲਾ ਪੜ੍ਹਦੇ ਤੇ ਤਿੰਨ ਮਰਤਬਾ ਕੁਲ ਔਜ਼ੂ ਬੇ ਰੱਬਿਲ ਫਲਕ ਪੜ੍ਹਦੇ, ਕੁਲ ਔਜ਼ੂ ਬੇ ਰੱਬਿਲ ਫਲਕ ਦੇ ਆਖਰ ਤੇ ਜਾ ਕੇ ਕੀਏ ਮਿਨ ਸ਼ਰ ਹਾਸੇ ਦਿਨ ਅੱਲਾ। ਹੁਣ ਪੂਰਾ ਦਿਨ ਗੁਜ਼ਰਿਆ ਏ, ਰੱਬਾ ਸੋਹਣਿਆ ਜੇ ਮੈਨੂੰ ਕੋਈ ਨਜ਼ਰ ਲੱਗ ਗਈ ਏ, ਅਗਰ ਮੇਰਾ ਕਿਸੇ ਹਸਦ ਕੀਤਾ ਏ, ਇਹਦਾ ਮੈਂ ਦਮ ਕਰ ਰਿਹਾ, ਅੱਲਾ ਮੈਨੂੰ ਇਹ ਨਜ਼ਰ ਤੋਂ ਬਚਾ ਲਵੀ, ਹਸਦ ਤੋਂ ਬਚਾ ਲਵੀ। ਮੇਰੇ ਪੈਗੰਬਰ ਰੋਜ਼ਾਨਾ ਦਮ ਕਰਕੇ ਸੌਂਦੇ ਨੇ, ਤੁਸੀਂ ਵੀ ਆਪ ਵੀ ਤੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਰੋ, ਸ਼ਾਮ ਜਿਸ ਵੇਲੇ ਰਾਤ ਨੂੰ ਸੌਣਾ ਬਿਸਤਰ ਤੇ ਜਾਣਾ, ਹੱਥ ਚੁੱਕ ਕੇ ਤਿੰਨੇ ਕੁਲ ਪੜ ਕੇ, ਹੱਥਾਂ ਤੇ ਫੂਕ ਮਾਰ ਕੇ, ਸਾਰੇ ਜਿਸਮ ਤੇ ਹੱਥ ਫੇਰ ਕੇ ਸੌਣਾ। ਮੇਰਾ ਅੱਲਾ ਤੁਹਾਨੂੰ ਨਜ਼ਰੇ ਬਾਦੇ ਵੀ ਸ਼ਰ ਤੋਂ ਬਚਾਏਗਾ ਤੇ ਹਸਦ ਦੇ ਸ਼ਰ ਤੋਂ ਵੀ ਬਚਾ ਲਵੇਗਾ। ਤੇ ਜੇ ਨਾ ਤੁਸੀਂ ਦਮ ਕਰਕੇ ਸਮੋਗੇ, ਇੱਕ ਦਿਨ, ਦੂਜਾ ਦਿਨ, ਤੀਜਾ ਦਿਨ, ਚੌਥਾ ਦਿਨ, ਤਿੰਨਾਂ ਚੌਂ ਦਿਨਾਂ ਬਾਅਦ ਨਜ਼ਰੇ ਬਦ ਔਰ ਹਸਦ ਆਟੋਮੈਟਿਕ ਜਾਦੂ ਬਣ ਜਾਂਦਾ ਜੀ। ਸ਼ੈਤਾਨ ਨੂੰ ਬਹਾਨਾ ਲੱਭ ਚਾਹੀਦਾ ਤੁਹਾਡੇ ਤੇ ਜਾਦੂ ਕਰਨ ਦਾ। ਅੱਲਾਹੁ ਅਕਬਰ। ਇੱਕ ਹੋਰ ਵੀ ਵਜ੍ਹਾ ਜੇ ਜਾਦੂ ਹੁੰਦੀ, ਸਾਡਾ ਤੇ ਮਾਇੰਡ ਇਹ ਬਣ ਗਿਆ ਨਾ, ਸਿਰ ਪੀੜ ਵੀ ਹੋਣ ਲੱਗੇ ਨਾ, ਲੱਗਦਾ ਮੇਰੀ ਭਰਜਾਈ ਘੂਰ ਕੇ ਵੇਖਣ ਡਈ ਸੀ, ਇਹਨੇ ਕਰਾਏ ਕੁਛ।
ਤੈਨੂੰ ਭਾਵੇਂ ਬਲੱਡ ਪ੍ਰੈਸ਼ਰ ਵੀ ਹੋਵੇ, ਤੇਰਾ ਖੂਨ ਸੰਘਣਾ ਹੋਇਆ ਹੋਵੇ, ਭਰਜਾਈ ਨਨਾਣ ਤੇ ਪਾਉਣ ਡਈ ਹੈ, ਮੈਂ ਮਰ ਚੱਲੀਆਂ, ਮੇਰੀ ਨਨਾਣ ਨੇ ਕਰਾਇਆ ਹੀ ਜੋ ਕਰਾਇਆ ਹੈ, ਇਹਨੂੰ ਖੁੱਟੀ ਮੇਰੇ ਘੂਰ ਘੂਰ ਕੇ ਵਹਿੰਦੀ ਸੀ, ਬਸ ਇਹਨੇ ਕਰਾਇਆ ਹੈ। ਅੱਲਾ ਦਾ ਵਾਸਤਾ ਜੇ, ਅਸਲ ਦੁਸ਼ਮਣ ਨੂੰ ਪਹਿਚਾਨੋ। ਮੈਂ ਇਨਸਾਨ ਦਾ ਇਨਕਾਰ ਨਹੀਂ ਕਰ ਰਿਹਾ, ਪੁੱਤਰ ਕੀ ਫਾਇਦਾ ਤੁਹਾਡੇ ਆਉਣ ਦਾ ਜੇ ਤੁਸੀਂ ਆਪਸ ਵਿੱਚ ਹੱਸਦੇ ਰਹਿਣਾ। ਪਤਾ ਮੈਂ ਕਿੱਡਾ ਹਮਤਰੀਨ ਗੁਫ਼ਤਗੂ ਕਰਨ ਡਿਆ, ਕੁਰਾਨ ਦੀ ਚੋ ਤੁਹਾਨੂੰ ਦੱਸਣ ਡਿਆ। ਮੇਰਾ ਤਜ਼ੀਆ ਗਲਤ ਹੋ ਸਕਦਾ, ਮੈਂ ਪਹਿਲਾਂ ਕਹਿ ਦਿੱਤਾ, ਮੇਰਾ ਤਜ਼ੀਆ ਉਸ ਹਦੀਸ ਦੀ ਰੋਸ਼ਨੀ ਅੰਦਰ, ਨਬੀ ਪਾਕ ਨੇ ਫਰਮਾਇਆ ਸੀ ਨਾ, ਅਖੀਰ ਜ਼ਮਾਨੇ ਦੇ ਜਹਾਲਤ ਆਮ ਹੋਏਗੀ। ਹੁਣ ਅਖੀਰ ਜ਼ਮਾਨਾ ਆ ਗਿਆ, ਜਹਾਲਤ ਆਮ ਹੋ ਗਈ ਹੈ ਕਿ ਨਹੀਂ? ਸਾਰੇ ਬੋਲੋਗੇ ਫਿਰ ਮੈਂ ਕਿਆ ਬੋਲਣਾ। ਜਹਾਲਤ ਆਮ ਹੋ ਗਈ ਹੈ ਕਿ ਨਹੀਂ? ਜਹਾਲਤ ਦੀਆਂ ਕਈ ਕਿਸਮਾਂ ਨੇ, ਉਹਨਾਂ 'ਚ ਕਿਸਮ ਜਾਦੂ ਵੀ ਹੈ। ਜਦੋਂ ਜਹਾਲਤ ਆਮ ਹੋਈ ਤੇ ਜਾਦੂ ਵੀ ਆਮ ਹੋ ਗਿਆ। ਮੇਰਾ ਤਜ਼ੀਆ ਅਗਰ 100 ਘਰ ਹੈ ਨਾ ਕਿਤੇ ਵਸਦਾ, 95 ਘਰਾਂ ਤੇ ਜਾਦੂ ਹੈ, ਇੰਨਾ ਜਾਦੂ ਆਮ ਹੋ ਗਿਆ। ਸਿਰਫ ਕਈਆਂ ਦਾ ਜ਼ਾਹਰ ਨਹੀਂ ਹੋਇਆ ਤੇ ਕਈਆਂ ਨੂੰ ਪਤਾ ਹੀ ਨਹੀਂ, ਤੇ ਤੁਹਾਨੂੰ ਹਾਸੇ ਆਉਣ ਡਏ ਨੇ। ਕੋ ਸੁਣ ਲਓ ਗੱਲ ਧਿਆਨ ਨਾਲ। ਉਹਨੇ ਕਿਹਾ, ਉਹ ਪੁੱਤਰ ਅਲੱਦ ਅਲੱਦ ਹੋ ਕੇ ਬਹੋ, ਛੱਡ ਦਿਓ, ਸੋਫੇ ਤੋਂ ਥੱਲੇ ਉਤਰੋ, ਉਤਰੋ ਥੱਲੇ, ਕੋ ਅਦਬ ਸਿੱਖੋ, ਤੁਹਾਡੇ ਤੋਂ ਵਡੇਰੇ ਥੱਲੇ ਬੈਠੇ। ਹਾਂਜੀ, ਜ਼ਰਾ ਤਵੱਜੋ ਹਜ਼ਰਾਤ, ਹੁਣ ਬਾਤ ਤੇ ਤਵੱਜੋ ਫਰਮਾਉਂਦੇ ਡਾਇਆ ਜੇ, ਗੌਰ ਕਰਦੇ ਡਾਇਆ ਜੇ। ਮੈਂ ਇਨਸਾਨ ਦਾ ਇਨਕਾਰ ਨਹੀਂ ਕਰਦਾ, ਕਈ ਬਦਕਿਸਮਤ ਬਦਬਖਤ ਨੇ ਜਿਹੜੇ ਜਾਦੂ ਕਰਵਾ ਦਿੰਦੇ ਨੇ, ਲੇਕਿਨ ਮੈਂ ਕਹਿੰਦਾ ਸ਼ੈਤਾਨ ਇੰਨਾ ਨਹੀਂ ਜੇ, ਇਨਸਾਨ ਇੰਨਾ ਨਹੀਂ ਜੇ ਕਰਾਉਂਦੇ। 95% ਜਾਦੂ ਤੁਹਾਡੇ ਮੇਰੇ ਤੇ ਸ਼ੈਤਾਨ ਕਰਾਉਂਦੇ ਜੇ, ਨਜ਼ਰੇ ਬਦ ਹਸਦ, ਜੇ ਤੁਸੀਂ ਉਹਦਾ ਇਲਾਜ ਨਾ ਕੀਤਾ। ਇਲਾਜ ਤੁਹਾਨੂੰ ਸਮਝ ਆ ਗਈ ਹੈ ਨਾ, ਬਿਲਾ ਨਾਗਾ ਅਮਲ ਕਰਨਾ। ਬੱਚਿਆਂ ਨੂੰ ਪੜ੍ਹਾਓ ਤਰਬੀਅਤ ਦਿਓ ਚੀਜ਼ ਦੀ। ਅੱਛਾ, ਹੁਣ ਅੱਗੇ ਆ ਗਿਆ ਸ਼ੈਤਾਨ। ਅਸੀਂ ਇੱਕ ਦਿਨ ਇੱਕ ਬੜਾ ਵੱਡਾ ਜਾਦੂਗਰ ਸ਼ੈਤਾਨ ਫੜਿਆ। ਹਾਂ ਬਈ, ਤੂੰ ਇਹ ਜਾਦੂ ਕਿਉਂ ਕੀਤਾ, ਤੇਰੀ ਡਿਊਟੀ ਕਿਸੇ ਲਾਈ ਹੈ? ਕਹਿੰਦਾ ਨਹੀਂ। ਫਿਰ ਕਿਉਂ ਕੀਤਾ ਜੀ? ਕਹਿੰਦਾ ਸਾਡੇ ਹੱਥ ਵਿੱਚ ਹੁੰਦੀ ਹੈ ਕਿ ਛੜੀ ਜਾਦੂ ਦੀ, ਅਸੀਂ ਉਹਨੂੰ ਘੁਮਾਉਂਦੇ ਹਾਂ, ਉਹਦੇ 'ਚੋਂ ਜਾਦੂ ਬਿਖਰਦਾ ਜਿੱਥੇ ਜਿੱਥੇ ਚਲਾ ਜਾਏ। ਜਿਹੜਾ ਪਹਿਲਾਂ ਮੁਤਾਸਰ, ਜਿਹਨਾਂ 'ਤੇ ਪਹਿਲਾਂ ਜਾਦੂ ਹੈ, ਜਾਂ ਉਹਨਾਂ ਅੱਗੇ ਇਲਾਜ ਕਰਾਏ ਆ ਤਾਜ਼ਾ ਤਾਜ਼ਾ, ਉਹਨਾਂ 'ਤੇ ਜਲਦੀ ਅਸਰ ਕਰ ਜਾਂਦਾ ਹੈ, ਅਤੇ ਦੂਸਰਿਆਂ 'ਤੇ ਵੀ। ਅਸਾਂ ਕਿਹਾ ਤੂੰ ਇਹ ਕੰਮ ਕਿਉਂ ਕਰਨਾ? ਕਹਿੰਦਾ ਇਨਸਾਨ ਚੰਗੇ ਨਹੀਂ ਲੱਗਦੇ। ਆਵਾਜ਼ ਲਫ਼ਜ਼ ਨੇ ਉਹਦੇ, ਸ਼ੈਤਾਨ ਨੂੰ ਇਨਸਾਨ ਚੰਗਾ ਲੱਗੇਗਾ? ਕਈ ਹੋਰੇ ਚੰਗੇ ਲੱਗਣ ਡੇ ਤਾਂ ਨਹੀਂ ਬੋਲਣ ਡੇ। ਸ਼ੈਤਾਨ ਨੂੰ ਇਨਸਾਨ ਅੱਛਾ ਲੱਗਦਾ? ਕਹਿੰਦਾ ਇਨਸਾਨ ਅੱਛੇ ਨਹੀਂ ਲੱਗਦੇ, ਅਸੀਂ ਇਹਨਾਂ 'ਤੇ ਜਾਦੂ ਕਰੀ ਰੱਖਦੇ ਹਾਂ ਅਤੇ ਸਾਨੂੰ ਇਹਨਾਂ ਨੂੰ ਤੰਗ ਕਰਨ ਦਾ ਮਜ਼ਾ ਆਉਂਦਾ, ਤੰਗ ਕਰਨ ਦਾ ਮਜ਼ਾ ਆਉਂਦਾ। ਹੁਣ ਪਤਾ ਚੱਲਿਆ ਜੇ ਕਿ ਸ਼ੈਤਾਨ ਬੜਾ ਜਾਦੂ ਕਰਦੇ। ਇੱਕ ਹੋਰ ਵੀ ਵਜ੍ਹਾ ਜੇ ਜਾਦੂ ਹੋਣ ਦੀ, ਮੈਂ ਜਾਦੂ ਦੀਆਂ ਵਜ੍ਹਾ ਲੱਗਾ ਦੱਸਣ, ਇੱਕ ਹੋਰ ਵੀ ਵਜ੍ਹਾ ਜੇ।
ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਸੁਣਿਆ ਜੇ ਮੇਰੇ ਪੈਗੰਬਰ ਦੀ ਹਦੀਸ ਹੈ ਸੁਣ ਨਬੀ ਦਾਊਦ ਦੀ ਨਬੀ ਪਾਕ ਅਲੈਹਿ ਸਲਾਮ ਫਰਮਾਉਂਦੇ ਨੇ ਵਾਸ਼ਰੂਮਾਂ ਦੇ ਅੰਦਰ ਦੁਆ ਪੜ੍ਹ ਕੇ ਜਾਇਆ ਕਰੋ ਬੈਤੁਲ ਖਲਾ ਦੇ ਅੰਦਰ ਉੱਥੇ ਸ਼ੈਤਾਨ ਹਾਜ਼ਰ ਹੁੰਦੇ ਨੇ ਉੱਥੇ ਸ਼ੈਤਾਨ ਹਾਜ਼ਰ ਹੁੰਦੇ ਨੇ ਤੇ ਪਤਾ ਜੇ ਫਿਰ ਨਬੀ ਪਾਕ ਨੇ ਦੁਆ ਦੱਸੀ ਹੈ ਵਾਸ਼ਰੂਮ ਜਾਣ ਦੀ ਬਿਸਮਿਲਲਾਹੇ ਅਗੇ ਅੱਲਾਹੁਮਾ ਇੰਨੀ ਆਊਜ਼ੁ ਬਿਕਾ ਮਿਨਲ ਖੁਬੁਸ ਵਲ ਖਬਾਇਸ ਮੇਰੇ ਪੈਗੰਬਰ ਫਰਮਾਉਂਦੇ ਨੇ ਇਹ ਦੁਆ ਪੜ੍ਹ ਕੇ ਜਾਣੀ ਹੈ ਦੁਆ ਪੜ੍ਹ ਕੇ ਜਾਣੀ ਹੈ ਤਾਂ ਕਿ ਅੱਲਾਹ ਤੁਹਾਨੂੰ ਉਹਨਾਂ ਖਬੀਸਾਂ ਤੋਂ ਬਚਾ ਕੇ ਰੱਖੇ ਜਿਹੜੇ ਵਾਸ਼ਰੂਮ ਦੇ ਅੰਦਰ ਨੇ ਇੱਕ ਇੱਥੋਂ ਇਹ ਵੀ ਪਤਾ ਚੱਲ ਗਿਆ ਇੱਕ ਇੱਥੋਂ ਇਹ ਵੀ ਪਤਾ ਚੱਲ ਗਿਆ ਕਿ ਗੰਦੇ ਖਬੀਸ ਜਿਨ੍ਹਾਂ ਦਾ ਟਿਕਾਣਾ ਵੀ ਗੰਦੀ ਜਗ੍ਹਾ ਹੁੰਦੀਆਂ ਨੇ ਜਿੱਥੇ ਗੰਦ ਆਮ ਹੋਏਗਾ ਨਾ ਰੂੜੀ ਹੋਏਗੀ ਰੂੜੀ ਕੂੜਾ ਜਿੱਥੇ ਲੋਕ ਛੁੱਟਦੇ ਹੋਣਗੇ ਜਾਂ ਗੋਬਰ ਦਾ ਢੇਰ ਲੱਗਾ ਹੋਏਗਾ ਕਿਸੇ ਆਮਿਲ ਜਿਹਦੇ ਕੋਲ ਕੋਈ ਜਿੰਨਾਤ ਹਾਜ਼ਰ ਹੁੰਦੇ ਹੋਣ ਉਹ ਜਿੰਨ ਹਾਜ਼ਰ ਕਰਕੇ ਵੇਖ ਲਿਆ ਜੇ ਉਸ ਗੋਬਰ ਦੇ ਉੱਤੇ ਰੋਜ਼ਾਨਾ ਨਹੀਂ ਤੇ ਦੂਜੇ ਤੀਜੇ ਦਿਨ ਜਿੰਨਾਤ ਦੇ ਵੱਡੇ ਵੱਡੇ ਜਾਦੂਗਰ ਸਰਦਾਰ ਆ ਕੇ ਕਲਾਸ ਲਾਉਂਦੇ ਨੇ ਬਕਾਇਦਾ ਜਾਦੂ ਸਿਖਾਉਂਦੇ ਨੇ ਗੰਦੀਆਂ ਜਗ੍ਹਾ ਨੂੰ ਪਸੰਦ ਕਰਦੇ ਨੇ ਤਾਂ ਸਾਡੀਆਂ ਕਈ ਬੀਬੀਆਂ ਨਾਖਨ ਵੇਖੋ ਜਿਵੇਂ ਅਬਸ਼ੀਆਂ ਦੀਆਂ ਛੁਰੀਆਂ ਨੇ ਐਡੇ ਐਡੇ ਲੰਮੇ ਨਾਖਨ ਤੇ ਗੰਦ ਫਸਿਆ ਹੁੰਦਾ ਵਿੱਚ ਗੰਦੀਆਂ ਜਗ੍ਹਾ ਗੰਦੇ ਸ਼ੈਤਾਨਾਂ ਦੀਆਂ ਰਹਿਸ਼ਾਂ ਨੇ ਤੁਹਾਨੂੰ ਪਤਾ ਮਰਦਾਂ ਨਾਲ ਬਹੁਤੇ ਅਸਰਾਤ ਬੀਬੀਆਂ ਦੇ ਹੁੰਦੇ ਨੇ ਪਤਾ ਜੇ ਇਸ ਗੱਲ ਦਾ ਉਹ ਬੋਲਦੇ ਛੱਡੋ ਅੱਜ ਹੋਇਆ ਕੀ ਜੇ ਅਦਾਲਤ ਕਰੇ ਅੱਜ ਮੈਂ ਪਹਿਲੀ ਦਫਾ ਆਇਆ ਇਹ ਤੇ ਜਮਾਤ ਸਿਆਲਕੋਟ ਚੋਂ ਬਸ ਇਹੀ ਤੇ ਜਮਾਤ ਰਹਿ ਗਈ ਮੇਰੇ ਨਾਲ ਮੁਹੱਬਤ ਕਰਦੀ ਹੈ ਬਾਕੀ ਕਹਿੰਦੇ ਨੇ ਪਿਛਾ ਰਹਿਣ ਦਿਓ ਜ਼ਈਫ ਰਵਾਇਤਾਂ ਦਾ ਰੱਦ ਕਰਦਾ ਅੱਲਾਹੁ ਅਕਬਰ ਇਲਾ ਕਲੀ ਹਾਂ ਬਾਜ਼ ਹੈ ਨੇ ਐਸੇ ਹਜ਼ਰਾਜਾ ਸਵਾਲ ਕਰਾਂ ਤਾਂ ਬੋਲ ਕੇ ਜਵਾਬ ਦਿੰਦੇ ਰਿਹਾ ਜੇ ਹਜ਼ਰਾਤ ਹੁਣ ਬਾਤ ਤੇ ਤਵੱਜੋ ਫਰਮਾਉਂਦੇ ਡਾਇਆ ਜੇ ਕਿਉਂ ਇਹਨਾਂ ਤੇ ਜ਼ਿਆਦਾ ਸਰਾਤ ਹੁੰਦੇ ਨੇ ਇੱਕ ਤੇ ਵੇਖੇ ਬਹੁਤੀਆਂ ਬੀਬੀਆਂ ਇਮਾਨ ਦੀਆਂ ਕਮਜ਼ੋਰ ਹੁੰਦੀਆਂ ਨੇ ਮੇਰੇ ਪੈਗੰਬਰ ਦੇ ਫਰਮਾਨ ਦੇ ਮੁਤਾਬਿਕ ਅਕਲ ਦੀਆਂ ਵੀ ਕਮਜ਼ੋਰ ਹੁੰਦੀਆਂ ਨੇ ਦੁਆ ਕਈ ਦੁਆਵਾਂ ਪੜ੍ਹ ਕੇ ਨਹੀਂ ਜਾਂਦੀਆਂ ਵਾਸ਼ਰੂਮ ਅੰਦਰ ਜਦੋਂ ਦੁਆਵਾਂ ਪੜ੍ਹ ਕੇ ਨਹੀਂ ਜਾਂਦੀਆਂ ਇਹਨਾਂ ਤੇ ਜਿੰਨਾਤ ਮੁਸੱਲਤ ਹੋ ਜਾਂਦੇ ਨੇ ਜਦੋਂ ਕੋਈ ਜਿੰਨ ਆਉਂਦਾ ਉਸੇ ਵੇਲੇ ਜਾਦੂ ਕਰਦਾ ਤਾਂ ਕਿ ਮੇਰਾ ਡੇਰਾ ਪੱਕਾ ਹੋ ਜਾਏ ਭਾਵੇਂ ਆਜ਼ਾਦ ਜਿੰਨ ਲੇਕਿਨ ਆ ਕੇ ਜਾਦੂ ਕਰਦਾ ਡੇਰਾ ਪੱਕਾ ਹੋ ਜਾਏ ਫਿਰ ਕਈ ਬੀਬੀਆਂ ਦੀ ਆਦਤ ਏਵੇ ਕਿ ਵਾਸ਼ਰੂਮ ਦੇ ਅੰਦਰ ਜਾਣਾ ਗੁਸਲ ਕਰਨ ਦੇ ਵਾਸਤੇ ਤੇ ਘੰਟਾ ਘੰਟਾ ਡੇਢ ਡੇਢ ਘੰਟਾ ਬਰਹਨਾ ਹਾਲਤ ਵਿੱਚ ਰਹਿਣਾ ਆ ਬੀਬੀ ਦਾ ਬਰਹਨਾ ਜਿਸਮ ਵੇਖ ਕੇ ਇੱਕ ਨਹੀਂ ਸੈਂਕੜੇ ਨਹੀਂ ਲੱਖਾਂ ਨਹੀਂ ਬਹੁਤ ਹੀ ਤਾਦਾਦ ਅੰਦਰ ਖਬੀਸ ਜਿੰਨ ਉਹਨਾਂ ਤੇ ਮੁਸੱਲਤ ਕਰ ਲੈਂਦੇ ਤਸੱਲਤ ਕਰ ਲੈਂਦੇ ਨੇ ਆਪਣਾ ਇੱਕ ਇਹ ਵੀ ਵਜ੍ਹਾ ਜੇ ਜਾਦੂ ਹੋਣ ਦੀ ਮੇਰੀ ਧੀ ਭੈਣ ਜਾਏ ਵਾਸ਼ਰੂਮ ਦੇ ਅੰਦਰ ਵੀ ਇਹ ਕੋਸ਼ਿਸ਼ ਕਰੇ ਸ਼ਰਮੋ ਹਯਾ ਦੇ ਲਹਿਜੇ ਅੰਦਰ ਬੈਠ ਕੇ ਗੁਸਲ ਕਰੇ ਜਿੰਨੀ ਜਲਦੀ ਹੁੰਦਾ ਗੁਸਲ ਕਰਕੇ ਕੱਪੜੇ ਫੌਰਨ ਪਹਿਨੇ ਜ਼ਿਆਦਾ ਬਰਹਨਾ ਰਹਿਣ ਦੀ ਵਜ੍ਹਾ ਤੋਂ ਵੀ ਜਿੰਨਾਤ ਦਾ ਤਸੱਲਤ ਹੋ ਜਾਂਦਾ ਜਾ
ਸਾਡੇ ਕੋਲ ਇੱਕ ਨਹੀਂ ਬੜੇ ਕੇਸ ਆਏ ਨੇ ਬਹੁਤ ਜ਼ਿਆਦਾ, ਕਿਉਂਕਿ ਵਾਸ਼ਰੂਮਾਂ ਅੰਦਰ ਜਿੰਨਾਤ ਦੀਆਂ ਖਬੀਸਾਂ ਦੀਆਂ ਰਹਿਸ਼ਾਂ ਨੇ, ਉੱਥੇ ਰਹਿੰਦੇ ਨੇ। ਤੇ ਸਾਡੇ ਉਹ ਮੈਂ ਅੱਗੇ ਇਸ਼ਾਰਾ ਕਰ ਰਿਹਾ ਸੀ ਨਾ ਤੁਹਾਨੂੰ, ਉਹਨਾਂ ਨੇ ਕਿਸੇ ਕਿਹਾ ਜੀ ਆ ਗੰਦੇ ਕੱਪੜੇ ਉੱਤੇ ਟੰਗੀ ਦੇਣੇ, ਤੇ ਕਈ ਕਹਿੰਦੇ ਨੇ ਕਿ ਗੰਦੇ ਕੱਪੜੇ ਨਹੀਂ ਟੰਗਣੇ ਚਾਹੀਦੇ ਵਾਸ਼ਰੂਮਾਂ 'ਚ। ਤੇ ਜਿੰਨਾਤ ਦਾ ਤਸੱਲਤ ਹੁੰਦਾ ਤੇ ਹਜ਼ਰਤ ਸ਼ੇਖ ਉਹਦਾ ਰੱਦ ਕਰਨ ਦੇ ਰਹੇ, ਐ ਮਹੀਨਾ ਇਲਮ ਨਾ ਹਦੀਸ ਕਿੱਥੇ ਜਾਏਗੀ। ਜਿੰਨਾਤ ਮੈਸੇਜ ਤੇ ਸਮੈਲ ਤੇ ਚੱਲਦੇ ਨੇ, ਸਮੈਲ ਤੇ। ਇੱਕ ਬੰਦਾ ਦੀਵਾਰੋਂ ਪਾਰ ਵਾ ਦਿਓ, ਅਗਰ ਉਹਦੀ ਉਹ ਸਮੈਲ ਨਹੀਂ ਨਾ ਉੱਥੇ ਜਾ ਨਹੀਂ ਸਕੇਗਾ, ਤੇ ਜੇ ਸਮੈਲ ਲੈ ਨਾ ਉਹਦੀ ਉਹਦੇ ਕੋਲ ਅਮੈਰੀਕਾ ਘੱਲ ਦਿਓ, ਸਕਿੰਟਾਂ 'ਚ ਪਹੁੰਚ ਜਾਏਗਾ, ਮਿੰਟਾਂ 'ਚ ਪਹੁੰਚ ਜਾਏਗਾ ਉੱਥੇ। ਮੈਸੇਜ ਤੇ ਸਮੈਲ ਤੇ ਜ਼ਿਆਦਾ ਚੱਲਦੇ ਇਹਨਾਂ ਦੀ ਚਾਲ ਹੈ। ਅੱਲਾਹ ਅਕਬਰ, ਮੈਂ ਫਿਰ ਅਰਜ਼ ਕਰ ਰਿਹਾ, ਕੁਛ ਕੁਰਾਨ ਔਰ ਸੁਨਨਤ ਚੋਂ ਕੁਛ ਤਜਰਬੇ ਦੀਆਂ ਗੱਲਾਂ ਬਿਆਨ ਕਰ ਰਿਹਾ ਮੈਂ। ਅੱਲਾਹ ਅਕਬਰ। ਹੁਣ ਵਾਸ਼ਰੂਮ ਅੰਦਰ ਭਾਵੇਂ ਗੰਦੇ ਨਾ ਵੀ ਹੋਣ, ਜ਼ਿਆਦਾ ਕੱਪੜੇ ਗੰਦੇ ਕੱਪੜੇ ਤੇ ਵੈਸੇ ਵੀ ਜਿੰਨੀ ਜਲਦੀ ਹੋਵੇ ਪਾਕੀਜ਼ਗੀ ਇਖਤਿਆਰ ਕਰੋ, ਅੱਠ ਅੱਠ ਦਿਨ ਕੱਪੜੇ ਗੰਦੇ ਟੰਗਦੇ ਨੇ ਇਹ ਕਿਹੜੀ ਅਕਲਮੰਦੀ। ਫਿਰ ਕਿਸੇ ਲਈ ਕੋ ਬਾਹਰ ਦਾ ਹੀ ਬੰਦਾ ਆ ਜਾਂਦਾ ਅਜਨਬੀ ਗੈਰ ਮਹਰਮ, ਉੱਥੇ ਬੀਬੀਆਂ ਦੇ ਕੱਪੜੇ ਟੰਗੇ ਹੋਣਗੇ, ਕੀ ਤਾਸੁਰ ਲਵੇਗਾ ਔਰਤ ਦੇ? ਤੇ ਕੱਪੜੇ ਦਾ ਵੀ ਪਰਦਾ ਔਰਤ ਦੇ ਲਿਬਾਸ, ਕਿਉਂਕਿ ਲਿਬਾਸ ਉਹਦੀ ਜ਼ੀਨਤ ਹੈ, ਉਹਦਾ ਵੀ ਪਰਦਾ। ਜੇ ਕਿਸੇ ਨੇ ਗੱਲ ਕਹੀਏ ਕਿਸੇ ਹੱਦ ਤੱਕ ਠੀਕ ਹੈ, ਐਵੇਂ ਇਨਕਾਰ ਕਰ ਦੇਣਾ, ਹਜ਼ਰਤ ਉਸ ਜਗ੍ਹਾ ਤੇ ਫਤਵਾ ਦਿਓ ਜਿਹੜੀ ਤੁਹਾਡੀ ਫੀਲਡ ਹੈ, ਜਿੱਥੋਂ ਦਾ ਤੁਹਾਨੂੰ ਅਬੂਰ ਹੈ। ਇਹ ਖਤੀਬ ਸਾਹਿਬ ਬੜਾ ਰੱਦ ਕਰਦੇ ਹੁੰਦੇ ਸਨ, ਜਦੋਂ ਉਹਦੀ ਬੇਟੀ ਨੂੰ ਕਸਰ ਹੋਈ ਇਹ ਕਾਮਰ ਕੋਲ ਲੈ ਕੇ ਗਏ, ਉਹਨੇ ਕਿਹਾ ਹਜ਼ਰਤ ਤੁਸੀਂ ਤੇ ਕਹਿੰਦੇ ਹੋ ਜਿੰਨ ਜਾਦੂ ਹੁਣ ਕੁਝ ਵੀ ਨਹੀਂ ਹੁੰਦਾ, ਸਾਨੂੰ ਚੰਬੜਦਾ ਹੀ ਨਹੀਂ। ਉਹਨੇ ਕਿਹਾ ਹੁਣ ਪਿਛਲੀਆਂ ਛੱਡ, ਇਹਦਾ ਕੁਝ ਹੱਲ ਕੱਢ। ਜਿਸ ਫੀਲਡ ਦੀ ਤੁਹਾਨੂੰ ਅਬੂਰ ਹੈ ਦਸਤਰਸ ਹੈ ਉਹਦੇ ਤੇ ਬਾਸ ਕਰੋ, ਜਿਸ ਫੀਲਡ ਦਾ ਇਲਮ ਨਹੀਂ ਜਿੰਨਾ ਕੋ ਇਲਮ ਹੈ ਉਹਨੀ ਗੱਲ ਕਰ ਲਓ। ਅੱਲਾਹ ਅਕਬਰ, ਅੱਲਾਹ ਅਕਬਰ। ਲਓ ਆਈਏ, ਠੀਕ ਹੈ, ਅਰਜ਼ ਕਰਨ ਲੱਗਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਤੇ ਗੌਰ ਕਰਦੇ ਦਇਆ ਦੇ ਮੇਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਤੇ ਵੀ ਜਾਦੂ ਹੋ ਗਿਆ, ਹਜ਼ਰਤ ਮੂਸਾ ਪੈਗੰਬਰ ਤੇ ਹੋ ਗਿਆ। ਫਿਰ ਅਗਲੀ ਬਾਤ ਅਰਜ਼ ਕਰਨ ਲੱਗਾ ਵਾ ਕਿ ਜਨਾਬੇ ਸੈਯਦਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ, ਇਹਨਾਂ ਦੀ ਇੱਕ ਲੌਂਡੀ ਹੈ, ਉਸ ਲੌਂਡੀ ਦੇ ਬਾਰੇ ਅੰਮਾ ਜੀ ਫਰਮਾਉਂਦੀਆਂ ਨੇ, ਆਹ ਮੇਰੀ ਲੌਂਡੀ ਹੈ, ਜਦੋਂ ਮੈਂ ਦੁਨੀਆ ਤੋਂ ਚਲੀ ਜਾਵਾਂਗੀ ਲੌਂਡੀ ਮੇਰੇ ਵੱਲੋਂ ਆਜ਼ਾਦ ਹੈ। ਲੌਂਡੀ ਦੇ ਦਿਲ ਅੰਦਰ ਲਾਲਚ ਆ ਗਿਆ, ਉਹਨੇ ਅੰਮਾ ਜੀ ਤੇ ਜਾਦੂ ਕਰਾ ਦਿੱਤਾ ਹੈ ਤਾਂ ਕਿ ਅੰਮਾ ਆਇਸ਼ਾ ਸਿੱਦੀਕਾ ਜਲਦੀ ਨਾ ਫੌਤ ਹੋ ਜਾਵੇ ਤੇ ਮੈਂ ਆਜ਼ਾਦ ਹੋ ਜਾਵਾਂ। ਜਦੋਂ ਉਹ ਜ਼ਾਹਿਰ ਹੋਇਆ ਤੇ ਲੌਂਡੀ ਦੌੜੀ ਉਹਨੂੰ ਪਕੜ ਲਿਆ ਜਾਂਦਾ ਹੈ, ਆਖਿਰਕਾਰ ਲੌਂਡੀ ਨੇ ਇਤਰਾਫ਼ ਕਰ ਲਿਆ ਕਿ ਹਾਂ ਮੈਂ ਇਸ ਵਜ੍ਹਾ ਤੋਂ ਜਾਦੂ ਕਰਵਾਇਆ ਸੀ। ਹੁਣ ਬਾਤ ਤਰ੍ਹਾਂ ਤਵੱਜੋ ਕਰਦੇ ਡਾਇਆ ਜੇ, ਅਰਜ਼ ਕਰ ਦਿੱਤਾ ਜ਼ਰਾ ਬਾਤ ਗੌਰ ਕਰਦੇ ਡਾਇਆ ਜੇ, ਬਾਤ ਤੇ ਤਵੱਜੋ ਫਰਮਾਉਂਦੇ ਡਾਇਆ ਜੇ,
ਠੀਕ ਹੈ ਬਾਤਰਾ ਤਵੱਜੋ ਫਰਮਾਉਂਦੇ ਦਾਇਆ ਦੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਜਾਦੂ ਹੋਇਆ ਇਸ ਵਾਸਤੇ ਮੈਂ ਤੇ ਤੁਸੀਂ ਜ਼ਿਆਦਾ ਕਿਤੇ ਖੁਸ਼ਫਹਿਮੀ ਦੇ ਅੰਦਰ ਨਾ ਰਹੀਏ ਹੁਣ ਮੈਂ ਅਗਲਾ ਇਹਦਾ ਬਾਬ ਬਿਆਨ ਕਰਾਂ ਹੁਣ ਬਾਤਰਾ ਤਵੱਜੋ ਫਰਮਾਉਂਦੇ ਦਾਇਆ ਦੇ ਕਿ ਜਾਦੂ ਦਾ ਸਾਨੂੰ ਕਿਵੇਂ ਪਤਾ ਚੱਲੇਗਾ ਜਾਦੂ ਹੋ ਗਿਆ ਇਹਦੀਆਂ ਕੁਛ ਅਲਾਮਾਤ ਨੇ ਨਬੀ ਪਾਕ ਅਲੈਹਿ ਸਲਾਮ ਫਰਮਾਉਂਦੇ ਨੇ ਖਾਬ ਦੀਆਂ ਤਿੰਨ ਕਿਸਮਾਂ ਨੇ ਕਦੀ ਖਾਬ ਮੂਮਿਨ ਨੂੰ ਸੱਚਾ ਆ ਜਾਂਦਾ ਕਦੀ ਕਦੀ ਜਿਹੜੇ ਖਿਆਲਾਤ ਨੇ ਉਹ ਖਾਬ ਬਣ ਜਾਂਦੇ ਨੇ ਤੇ ਕਦੀ ਖਾਬ ਆਉਂਦਾ ਸ਼ੈਤਾਨ ਦੀ ਤਰਫੋਂ ਜਾਦੂ ਸ਼ੈਤਾਨੀ ਅਮਲ ਹੈ ਡਰਾਉਣੇ ਖਾਬ ਜਦੋਂ ਆਉਣਗੇ ਨਾ ਪਰੇਸ਼ਾਨ ਕਰਨ ਵਾਲੇ ਖਾਬ ਅੰਦਰ ਮੁਰਦੇ ਮਿਲਣੇ ਖਾਬ ਅੰਦਰ ਮੱਝਾਂ ਗਾਵਾਂ ਛਿਪਕਲੀਆਂ ਸੱਪ ਕੁੱਤੇ ਬਿੱਲੇ ਗੰਦੇ ਪਾਣੀ ਚੰਗੇ ਪਾਣੀ ਯਾਨੀ ਇਹਨਾਂ ਵਿੱਚ ਕੋਈ ਖੌਫ ਜ਼ਦਾ ਹਾਲਤ ਮੈਂ ਇਹ ਨਹੀਂ ਕਹਿੰਦਾ ਕਿ ਡਰਾਉਣੇ ਖਾਬ ਜਾ ਕੇ ਤੁਸੀਂ ਕਿਸੇ ਅੱਗੇ ਬਿਆਨ ਕਰੋ ਨਬੀ ਪਾਕ ਨੇ ਫਰਮਾਇਆ ਜਦੋਂ ਐਸਾ ਖਾਬ ਆਏ ਨਾ ਬਿਆਨ ਨਾ ਕਰੋ ਤਿੰਨ ਦਫ਼ਾ ਤਾਅਵੁਜ਼ ਪੜ੍ਹੋ ਖੱਬੀ ਸਾਈਡ ਤੇ ਤਿੰਨ ਥਵਾ ਤੁਤਕਾਰ ਦਿਓ ਨਬੀ ਪਾਕ ਅਲੈਹਿ ਸਲਾਮ ਦੀ ਤਾਲੀਮ ਤੇ ਅਮਲ ਕਰਨਾ ਲੇਕਿਨ ਮੈਂ ਅਰਜ਼ ਕਰ ਦਿੱਤਾ ਕਿ ਡਰਾਉਣੇ ਖਾਂ ਇਹ ਜਾਦੂ ਦੀ ਸ਼ੁਰੂਆਤ ਦੀਆਂ ਅਲਾਮਤਾਂ ਨੇ ਫਿਰ ਉਹਦੇ ਤੋਂ ਬਾਅਦ ਮੇਰੇ ਪੈਗੰਬਰ ਨੇ ਫਰਮਾਇਆ ਬੁਰਦਬਾਰੀ ਰਹਿਮਾਨ ਦੀ ਤਰਫੋਂ ਹੈ ਤੇ ਗੁੱਸਾ ਸ਼ੈਤਾਨ ਦੀ ਤਰਫੋਂ ਹੈ ਜਿਹੜੇ ਘਰ ਦੇ ਅੰਦਰ ਜਾਦੂ ਆ ਜਾਂਦਾ ਉਸ ਘਰ ਦੇ ਅੰਦਰ ਬਿਲਾ ਵਜ੍ਹਾ ਗੁੱਸਾ ਆਮ ਹੋ ਜਾਂਦਾ ਬਿਲਾ ਵਜ੍ਹਾ ਗੁੱਸਾ ਚੜ੍ਹਦਾ ਰਹੇਗਾ ਦੂਜੇ ਨੰਬਰ ਤੇ ਸੂਰਤ ਕਾ ਪੜੋ ਨਾ ਹਜ਼ਰਤ ਯੂਸ਼ਾ ਬੇਨੂਰ ਮੂਸਾ ਅਲੈਹਿ ਸਲਾਮ ਦੇ ਨਾਲ ਚੱਲੇ ਨੇ ਹਜ਼ਰਤ ਖਜ਼ਰ ਦੀ ਮੁਲਾਕਾਤ ਦੇ ਵਾਸਤੇ ਤੇ ਰੱਬੁਲ ਆਲਮੀਨ ਨੇ ਮੂਸਾ ਨਬੀ ਨੂੰ ਕਿਹਾ ਸੀ ਜਿਹੜੀ ਉਹਨਾਂ ਨੇ ਨਾਸ਼ਤੇ ਵਾਸਤੇ ਮੱਛੀ ਲਈ ਸੀ ਜਿੱਥੋਂ ਮੱਛੀ ਜਾਏਗੀ ਉੱਥੇ ਦੋ ਦਰਿਆਵਾਂ ਦਾ ਪਾਣੀ ਮਿਲਦਾ ਹੋਏਗਾ ਉੱਥੇ ਮੇਰਾ ਬੰਦਾ ਮਿਲ ਜਾਏਗਾ ਹਜ਼ਰਤ ਯੂਸ਼ਾ ਅਲੈਹਿ ਸਲਾਮ ਹਜ਼ਰਤ ਯੂਸ਼ਾ ਹਜ਼ਰਤ ਮੂਸਾ ਦੇ ਵਸੀ ਨੇ ਇਹਨਾਂ ਦੇ ਖਾਦਮ ਬਣ ਕੇ ਟੁਰੇ ਨੇ ਨਾਸ਼ਤੇ ਦਾ ਥੈਲਾ ਇਹਨਾਂ ਦੇ ਹੱਥੇ ਜਦੋਂ ਉੱਥੇ ਆਰਾਮ ਕਰਨ ਵਾਸਤੇ ਬੈਠੇ ਨੇ ਲੇਟੇ ਨੇ ਮੂਸਾ ਅਲੈਹਿ ਸਲਾਮ ਤੇ ਜਾਗ ਪੈਂਦੇ ਨੇ ਲੇਕਿਨ ਇਹਨਾਂ ਦੇ ਜਾਗਣ ਤੋਂ ਪਹਿਲਾਂ ਮੱਛੀ ਬੜੇ ਅਜੀਬ ਤਰੀਕੇ ਨਾਲ ਨਿਕਲੀ ਤੇ ਦਰਿਆ ਦੇ ਵਿੱਚ ਚਲੀ ਜਾਂਦੀ ਹੈ ਸੁਰੋਂ ਕੱਢ ਕੇ ਹਜ਼ਰਤ ਯੂਸ਼ਾ ਕਹਿੰਦੇ ਨੇ ਚਲੋ ਮੂਸਾ ਅਲੈਹਿ ਸਲਾਮ ਜਾਗਦੇ ਨੇ ਮੈਂ ਇਹਨਾਂ ਨੂੰ ਦੱਸਾਂਗਾ ਇਸ ਤਰ੍ਹਾਂ ਜਿਹੜੀ ਮੱਛੀ ਗਾਇਬ ਹੋ ਗਈ ਲੇਕਿਨ ਦੱਸਣਾ ਭੁੱਲ ਗਏ ਅੱਗੇ ਜਾ ਕੇ ਯਾਦ ਆਇਆ ਲਿਆਵੇ ਹੀ ਨਾਸ਼ਤਾ ਕਰੀਏ ਓਹੋ ਮੂਸਾ ਅਲੈਹਿ ਸਲਾਮ ਜੀ ਉੱਥੇ ਪਿੱਛੇ ਜਿੱਥੇ ਬੈ ਆਰਾਮ ਕੀਤਾ ਸੀ ਨਾ ਮੱਛੀ ਉੱਥੇ ਚਲੀ ਗਈ ਅਜੀਬ ਤਰੀਕੇ ਨਾਲ ਮੈਨੂੰ ਨਹੀਂ ਦੱਸਿਆ ਜੇ ਕੋ ਹਾਫਜ਼ੇ ਕੁਰਾਨ ਹੈ ਤੇ ਮੇਰੀ ਸਲਾਹ ਕਰੇ ਫਅਨਸਾਨੀ ਹੁਸ਼ੈਤਾਨ ਇਹੋ ਲਫ਼ਜ਼ ਨੇ ਨਾ ਸੂਰ ਕਾਫ ਦੇ ਮੈਂ ਹਾਫਜ਼ ਨਹੀਂ ਜੇ ਕੋਈ ਗਲਤੀ ਹੋਈ ਇਹ ਆਰਾਮ ਵਗੈਰਾ ਦੀ ਮਾਫ ਕਰਿਆ ਜੇ ਉੱਥੇ ਲਫ਼ਜ਼ ਨੇ ਹਜ਼ਰਤ ਜੀ ਮੈਨੂੰ ਸ਼ੈਤਾਨ ਨੇ ਭੁਲਾਇਆ ਜਿਸ ਘਰ ਵਿੱਚ ਜਾਦੂ ਆਵੇ ਉਸ ਘਰ ਅੰਦਰ ਭੁੱਲਣ ਦੀ ਬਿਮਾਰੀ ਵੀ ਆਮ ਹੋ ਜਾਂਦੀ ਹੈ ਕਿਉਂਕਿ ਸ਼ੈਤਾਨ ਇਹ ਬਿਮਾਰੀ ਪੈਦਾ ਕਰਦਾ ਗੱਲ ਕਰਕੇ ਭੁੱਲ ਜਾਣਾ ਚੀਜ਼ ਰੱਖ ਕੇ ਭੁੱਲ ਜਾਣਾ ਅਲਾਮਤਾਂ ਦੱਸ ਰਿਹਾ ਅਲਾਮਤਾਂ ਅੱਲਾਹੁ ਅਕਬਰ ਕੁਛ ਕੁਰਾਨ ਦੀ ਹਿਸ ਤੋਂ ਜਿਹੜੀਆਂ ਮਿਲਣਗੀਆਂ ਉਹ ਕੁਛ ਤਜਰਬੇ ਦੀਆਂ ਫਿਰ ਇਸ ਤੋਂ ਅੱਗੇ ਬੰਦੇ ਦੇ ਸਾਰੇ ਜਿਸਮ ਦੀ ਅਸਲ
ਇਹ ਕਮਰ ਦੀ ਹੱਡੀ ਜਿਹੜੀ ਥੱਲੇ ਚਲੀ ਜਾਂਦੀ ਹੈ, ਥੱਲੇ ਦਾ ਹਿੱਸਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਬਰ ਦੀ ਮਿੱਟੀ ਬੰਦੇ ਦਾ ਸਾਰਾ ਜਿਸਮ ਖਾ ਜਾਏਗੀ, ਅੰਬੀਆ ਤੋਂ ਇਲਾਵਾ ਜਾਂ ਜਿਨ੍ਹਾਂ ਨੂੰ ਅੱਲਾਹ ਨੇ ਬਚਾਉਣਾ ਚਾਹੁੰਦਾ ਤੋਂ ਇਲਾਵਾ, ਬਾਕੀ ਹਰ ਬੰਦੇ ਦੀ ਜਿਸਮ ਸਾਰਾ ਮਿੱਟੀ ਖਾ ਜਾਏਗੀ, ਹੱਡੀਆਂ ਗੋਸ਼ਤ ਪੋਸ਼ਤ ਖਾ ਜਾਏਗੀ, ਲੇਕਿਨ ਰੀੜ੍ਹ ਦੀ ਹੱਡੀ ਦਾੜਾ ਥੱਲੇ ਵਾਲਾ ਹਿੱਸਾ ਇਹਨੂੰ ਕਿਆਮਤ ਮਿੱਟੀ ਨਹੀਂ ਖਾਏਗੀ। ਇਹ ਬੀਜ ਇਹਦੇ ਤੋਂ ਮੇਰਾ ਅੱਲਾਹ ਇਨਸਾਨ ਦਾ ਢਾਂਚਾ ਦੁਬਾਰਾ ਮਿੱਟੀ ਚੋਂ ਤਿਆਰ ਕਰਕੇ ਕੱਢੇਗਾ। ਹੁਣ ਇਹ ਵੇ ਇਨਸਾਨ ਦੀ ਅਸਲ ਢਾਂਚੇ ਦੀ ਅਸਲ ਜੜ ਜਿਹਦੇ ਤੋਂ ਢਾਂਚਾ ਬਣਨਾ, ਤੇ ਹੁਣ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਮੈਂ ਇਹਦੀ ਅਸਲ ਨੂੰ ਪਵਾਂ, ਅਸਲ ਅਸਲ ਨੂੰ ਪਏਗਾ। ਯਾਨੀ ਜਿੱਥੇ ਜਾਦੂ ਹੋਏਗਾ, ਅਕਸਰ ਜਾਦੂ ਜਿਨ੍ਹਾਂ ਤੇ ਹੋਏ ਉਹਨਾਂ ਨੂੰ ਕਮਰ ਦੀ ਦਰਦ ਸ਼ੁਰੂ ਹੋ ਜਾਏਗੀ, ਉਹ ਵਿਚਾਰੇ ਗੋਲੀਆਂ ਲੈਂਦੇ ਹੋਣਗੇ, ਉਹ ਨਹੀਂ ਮੌਲਵੀ ਜੀ ਮੈਨੂੰ ਜਾਦੂ ਨੇ, ਮੈਂ ਤੇ ਭਾਰ ਚੁੱਕਿਆ ਸੀ, ਚੁੱਕ ਨਿਕਲ ਗਈ। ਉਹ ਚੁੱਕ ਇੱਕ ਬਹਾਨਾ, ਅਸਲ ਆਏ ਫਿਰ ਉਸ ਤੋਂ ਬਾਅਦ, ਚੂੰਕਿ ਸ਼ੈਤਾਨ ਇਨਸਾਨ ਦੀ ਬਰਬਾਦੀ ਚਾਹੁੰਦਾ ਹੈ, ਫਿਰ ਇਹਦੇ ਜੋੜਾਂ ਨੂੰ ਪਵੇਗਾ, ਮੇਦੇ ਨੂੰ ਪਵੇਗਾ, ਦਿਮਾਗ ਨੂੰ ਪਵੇਗਾ, ਦਿਲ ਨੂੰ ਪਵੇਗਾ। ਆਹ ਹਾਰਟ ਅਟੈਕ ਦੀ ਬਿਮਾਰੀ 90% ਬਿਮਾਰੀ ਜਾਦੂ ਦੀ ਵਜ੍ਹਾ ਤੋਂ। ਕਈ ਮਰੀਜ਼ ਸਾਡੇ ਕੋਲ ਆਏ ਨੇ ਜਿਨ੍ਹਾਂ ਦੇ ਦਿਲ ਦੇ ਵਾਲ ਬੰਦ ਸ਼ੈਤਾਨ ਕਿਤੇ ਨੇ, ਅੱਲਾਹ ਦੀ ਕਲਾਮ ਨਾਲ ਖੁੱਲੇ ਨੇ। ਫਾਲਜ 90% ਜਾਦੂ, ਕੈਂਸਰ 100% ਜਾਦੂ, ਮੋਹਰੇ ਨਿਕਲਣੇ 100% ਜਾਦੂ, ਥਾਈਰਾਇਡ 100% ਜਾਦੂ, ਇਸੇ ਤਰ੍ਹਾਂ ਮਿਰਗੀ 100% ਜਾਦੂ, ਕਾਲਾ ਯਰਕਾਨ 100% ਜਾਦੂ, ਹੋਰ ਕਈ ਬਿਮਾਰੀਆਂ 90%, 85%, 95% ਜਾਦੂ ਤੋਂ। ਅਲਾਮਤਾਂ ਜਿਹੜੀਆਂ ਮੈਂ ਗੱਲ, ਤੁਸੀਂ ਅੱਜ ਹੈਰਾਨ ਹੋਣਾ ਇਹ ਕੀ ਬਣ ਰਹੇ ਹੈ, ਮੇਰੇ ਕੋਲ ਲਿਆਓ ਬਿਮਾਰ, ਮੈਂ ਸਾਬਤ ਕਰਾਂਗਾ ਇਨਸ਼ਾਅੱਲਾ। ਨਬੀ ਅਲੈਹਿ ਸਲਾਮ ਦੀ ਹਦੀਸ ਤੇ ਗੌਰ ਕਰੋ, ਅਖੀਰ ਜ਼ਮਾਨੇ ਵਿੱਚ ਜਹਾਲਤ ਆਮ ਹੋਏਗੀ, ਜਹਾਲਤ। ਅੱਲਾਹੁ ਅਕਬਰ। ਫਿਰ ਕਈ ਕਹਿੰਦੇ ਅੰਗਰੇਜ਼ਾਂ ਵਿੱਚ ਨਹੀਂ ਜਿਹਨੇ ਜਾਦੂ ਹੁੰਦਾ, ਤੇ ਕੈਂਸਰ ਹੀ ਅੰਗਰੇਜ਼ਾਂ ਨੂੰ ਕਿਉਂ ਹੁੰਦੇ ਹੈ, ਕੈਂਸਰ ਹੁੰਦਾ ਹੀ ਜਾਦੂ ਤੋਂ ਹੈ, ਕੈਂਸਰ 100% ਜਾਦੂ ਹੈ, ਜਾਦੂ ਹੈ ਤੇ ਹੋ ਰਿਹਾ ਨਾ। ਅੱਲਾਹੁ ਅਕਬਰ। ਹੁਣ ਇੱਕ ਸਵਾਲ ਆਇਆ, ਚਲੋ ਅਲਾਮਤਾਂ ਵੀ ਮੈਂ ਦੱਸ ਰਿਹਾ ਸਾਂ, ਜਿੰਨਾਤ ਕੀ ਮਦਦ ਸੇ ਇਲਾਜ ਕਰਨਾ ਕਿਆ ਜਾਇਜ਼ ਹੈ? ਆਹੋ ਜਾਇਜ਼ ਹੈ, ਪਰ ਮਦਦ ਕਿਵੇਂ ਦੀ? ਜਾਦੂਗਰਾਂ ਦੀ ਮਦਦ ਨਹੀਂ, ਕਿ ਮੈਂ ਤੁਹਾਡੇ ਮਤੀ ਹਾਂ, ਤੁਸੀਂ ਮੇਰੇ ਮਤੀ ਹੋ, ਜੋ ਤੁਸੀਂ ਕਹੋਗੇ ਮੈਂ ਤੁਹਾਨੂੰ ਕੈਦ ਕਰਨਾ, ਜਿੰਨ ਨੂੰ ਕੈਦ ਕਰਨਾ ਜਾਇਜ਼ ਨਹੀਂ। ਕਿਸੇ ਮਰੀਜ਼ ਅੰਦਰ ਪਹਿਲੇ ਤੋਂ ਜਿੰਨ ਨੇ ਪੜ੍ਹਾਈ ਕਰਕੇ ਤੁਸੀਂ ਹਾਜ਼ਰ ਕਰ ਲਏ ਨੇ, ਦਿਮਾਗ 'ਚ ਆ ਗਏ ਨੇ, ਤਾਨਾ ਗੱਲਾਂ ਕਰਨ ਲੱਗ ਪਏ ਨੇ, ਮੁਸਲਮਾਨ ਹੋ ਗਏ ਨੇ, ਮੁਖਲਿਸ ਨੇ, ਮਲੂਮਾਤ ਉਹਨਾਂ ਦੀ ਹੈ, ਮਲੂਮਾਤ ਰੱਖਦੇ ਨੇ, ਉਹਨਾਂ ਤੋਂ ਮਲੂਮਾਤ ਲੈ ਸਕਦੇ ਹੋ ਇਹਦੇ ਅੰਦਰ ਕਿੰਨੇ ਜਿੰਨ ਨੇ, ਦੱਸ ਭਾਈ, ਕਿਉਂਕਿ ਇਨਸਾਨ ਨੂੰ ਤਾਂ ਨਜ਼ਰ ਆਉਂਦੇ ਹੀ ਨਹੀਂ। ਹੁਣ ਉਹਨਾਂ ਜਿੰਨਾਂ ਨੂੰ ਪੁੱਛ ਸਕਦੇ ਹੋ ਇਹਦੇ ਅੰਦਰ ਕਿੰਨੇ ਨੇ, ਇਹਦੇ ਅੰਦਰ ਕਿੰਨੇ ਨੇ, ਇਹ ਮਲੂਮਾਤ ਲੈ ਸਕਦੇ ਹੋ। ਦਲੀਲ, ਹਜ਼ਰਤ ਅਬੂ ਹੁਰੈਰਾ ਨੇ ਕਿਹਾ ਸੀ ਨਾ, ਅੱਲਾਹ ਦੇ ਰਸੂਲ ਨੇ ਕਿਹਾ, ਜਿੱਥੇ ਐਤਲ ਕੁਰਸੀ ਪੜ੍ਹੀ ਜਾਏ ਉੱਥੇ ਮੈਂ ਆਉਂਦਾ ਨਹੀਂ, ਇਹ ਮਲੂਮਾਤ ਹੈ ਨਾ। ਨਬੀ ਪਾਕ ਨੇ ਫਰਮਾਇਆ ਹੈ ਝੂਠਾ, ਗੱਲ ਸੱਚੀ ਕਰ ਗਿਆ,
ਮਲੂਮਾਤ ਲੈ ਸਕਦੇ ਹੋ ਨਾ, ਤੇ ਜੇ ਇਹਨੂੰ ਆਖੋ ਮੇਰੀਆਂ ਮੱਝਾਂ ਨੂੰ ਪੱਠੇ ਪਾ, ਇਹ ਗਲਤ ਹੈ। ਮੇਰਾ ਮਕਾਨ ਬਣਾ, ਗਲਤ ਹੈ। ਇਹ ਸਿਰਫ ਨਬੀ ਸੁਲੇਮਾਨ ਨੂੰ ਇਖਤਿਆਰ ਸੀ। ਹੁਣ ਇੰਤਜ਼ਾਮੀ ਵਾਲੇ ਪੈ ਗਏ ਨੇ ਕਾਲੇ, ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਇਹਦੇ ਤੇ ਹੀ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਕਿਸੇ ਮੌਕਾ ਮਿਲਿਆ। ਚੁੱਕੇ ਉਹ ਵੀ ਸੱਚੇ ਨੇ, ਉਹਨਾਂ ਤੁਹਾਨੂੰ ਦੁਬਾਰਾ ਵੀ ਕਿਤੇ ਸੱਦਣਾ, ਤੁਸੀਂ ਕਹਿਣਾ ਇੱਡਾ ਲੰਮਾ ਇੱਕ ਦਰਸ, ਅੱਗੋਂ ਅਸਾਂ ਆਉਣਾ ਹੀ ਨਹੀਂ। ਉਹ ਵਿਚਾਰੇ ਇਸ ਗੱਲ ਤੋਂ ਪਰੇਸ਼ਾਨ ਨੇ, ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਨਾ ਫਿਰ ਕਦੀ ਹਾਜ਼ਰ ਹੋਇਆ, ਇੱਥੋਂ ਹੀ ਗੱਲ ਸ਼ੁਰੂ ਕਰ ਲਾਂਗਾ। ਅੱਲਾ ਮੇਰਾ ਤੁਹਾਡਾ ਅਮੀ ਨਾਸਰ ਹੋਏ, ਰੱਬੁਲ ਆਲਮੀਨ ਮੇਰੇ ਸਾਰੇ ਬਰਾਦਰਾਨ ਨੌਜਵਾਨ ਜਿਨ੍ਹਾਂ ਨੇ ਮਿਹਨਤਾਂ ਕਾਫਸ਼ਾਂ ਕੀਤੀਆਂ, ਅੱਲਾ ਇਹਨਾਂ ਦੀਆਂ ਮਿਹਨਤਾਂ ਕਾਫਸ਼ਾਂ ਆਪਣੀ ਬਾਰਗਾਹ 'ਚ ਕਬੂਲ ਫਰਮਾਏ। ਅੱਲਾਹੁਰ ਰਹਿਮਾਨ ਸਾਡੇ ਬੱਚਿਆਂ ਨੂੰ, ਜਵਾਨਾਂ ਨੂੰ ਦੀਨ ਦੇ ਖਾਦਿਮ ਬਣਾਏ।